ਨਾ ਭੁੱਲਨ ਹਾਰ ਕਹੁ ਕੋ ਮੋਸੋ ਸੇਵ ਕਰੀ ਤੁਮਰੀ ਤਿਨਕੇ ਸਭ ਹੀ ਗ੍ਰਹਿ ਦੇਖੀਅਤ ਧਰਮ ਪਰੋਸੋ ਯਾ ਕਲ ਮੈਂ ਸਭ ਕਾਲ ਕਿਰਪਾਨ ਗੇ ਭਾਰੀ ਭੁਜਾਨ ਕੋ ਭਾਰੀ ਭਰੋਸੋ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਆਵ ਗੁਣ ਨਾ ਵਿਚਾਰੋ ਕੋਈ ਮਾਟੀ ਕਾ ਗਿਆ ਧੋਪੈ ਸੁਆਮੀ ਮਾਨਸ ਕੀ ਗਤ ਇਹੀ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਰਾਗੀ ਜੀ ਦੀ ਰਸਨਾ ਪਾਸੋਂ ਬਹੁਤ ਹੀ ਸੁੰਦਰ ਸ਼ਬਦ ਸ਼੍ਰਵਣ ਕਰ ਰਹੇ ਸੀ। ਤੇਰੀ ਚਾਲ ਸੁਹਾਵੀ ਮਧੁਰਾਲੀ ਬਾਣੀ ਇਸ ਸ਼ਬਦ ਨੂੰ ਆਧਾਰ ਬਣਾ ਕੇ ਕੁਝ ਨਾ ਕੁਝ ਕਹਿਣ ਦਾ ਯਤਨ ਕਰਾਂਗਾ। ਇੱਕ ਵਾਰੀ ਸਾਰੀਆਂ ਸੰਗਤਾਂ ਰਸਨਾ ਕਰੋ, ਪਵਿੱਤਰ ਅਸੀਸ ਬਖਸ਼ੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੇ ਸਿੱਖ ਐਸਾ ਧਰਮ ਬਣਾਇਆ ਹੈ
ਜਿਹਦੇ ਵਿੱਚ ਦੁਨੀਆਂ ਦਾ ਹਰ ਵਰਗ ਦਾ ਇਨਸਾਨ, ਹਰ ਧਰਮ ਦਾ ਇਨਸਾਨ ਇਹ ਸਿੱਖ ਸ਼ਬਦ ਵਿੱਚ ਸ਼ਾਮਲ ਹੋ ਸਕਦਾ। ਦੋ ਗੱਲਾਂ ਨੇ, ਸਿੱਖ ਸ਼ਬਦ ਵਿੱਚ ਸ਼ਾਮਲ ਹੋ ਸਕਦਾ ਅਤੇ ਸਿੱਖ ਧਰਮ ਵਿੱਚ ਵੀ ਸ਼ਾਮਲ ਹੋ ਸਕਦਾ। ਹੁਣ ਜਿਹੜਾ ਸਿੱਖ ਸ਼ਬਦ ਹੈ ਇਹਦਾ ਮਤਲਬ ਕੀ ਹੈ, ਇਹਦਾ ਤੁਸੀਂ ਕੀ ਅਰਥ ਕਰਦੇ ਹੋ? ਗੁਰਬਾਣੀ ਨੇ ਜਾਂ ਭਾਈ ਗੁਰਦਾਸ ਸਾਹਿਬ ਜੀ ਨੇ ਇਹਦਾ ਅਰਥ ਕੱਢਿਆ ਹੈ, ਸਿੱਖੀ ਸਿੱਖਿਆ ਗੁਰ ਵਿਚਾਰ। ਜਦੋਂ ਤੁਸੀਂ ਆਪਣੇ ਗੁਰੂ ਦੀ ਸਿੱਖਿਆ ਤੇ ਚੱਲੋ, ਗੁਰੂ ਸਾਹਿਬ ਦੇ ਪਾਸੋਂ ਸਿੱਖੋ, ਸੰਸਕ੍ਰਿਤ ਭਾਸ਼ਾ ਦਾ ਸ਼ਬਦ ਸੀ ਸ਼ਿਸ਼, ਚੱਲਦਾ ਚੱਲਦਾ ਉਹ ਤੋਂ ਬਣ ਗਿਆ ਸਿੱਖ। ਜਿਹਦੇ ਉੱਤੇ ਗੁਰੂ ਦੀ ਆਗਿਆ ਲਾਗੂ ਹੋਵੇ, ਜਿਹਦੇ ਉੱਤੇ ਗੁਰੂ ਦਾ ਹੁਕਮ ਲਾਗੂ ਹੋਵੇ, ਉਹ ਕੀ ਹੈ? ਸਿੱਖ। ਹੁਣ ਤੁਸੀਂ ਇਸਲਾਮ ਦਾ ਅਰਥ ਕਰੋ ਜਾਂ ਮੁਸਲਮਾਨ ਸ਼ਬਦ ਦਾ ਅਰਥ ਕਰੋ, ਉਹਦੇ ਵਿੱਚ ਹਿੰਦੂ ਸ਼ਬਦ ਨਹੀਂ ਮਿਲ ਸਕਦਾ। ਹਿੰਦੂ ਸ਼ਬਦ ਦੇ ਵਿੱਚ ਮੁਸਲਮਾਨ ਸ਼ਬਦ ਨਹੀਂ ਮਿਲ ਸਕਦਾ। ਈਸਾਈ ਸ਼ਬਦ ਹੈ, ਈਸਾਈ ਧਰਮ ਹੈ। ਪਹਿਲਾਂ ਮੈਂ ਸ਼ਬਦ ਦੀ ਗੱਲ ਕਰਦਾ, ਫਿਰ ਧਰਮ ਦੀ ਕਰਾਂ। ਇਕੱਲੇ ਸ਼ਬਦ ਨੂੰ ਹੀ ਲੈ ਲਓ, ਛੱਡ ਦਿਓ ਸਾਰਾ ਕੁਝ, ਸ਼ਬਦ ਦੀ ਗੱਲ ਕਰੋ। ਜਿਹੜਾ ਸ਼ਬਦ ਦਿੱਤਾ ਗਿਆ ਵਾ, ਨਾਮ ਦਿੱਤਾ ਗਿਆ, ਈਸਾਈ ਨਾਮ, ਇਸਲਾਮ ਨਾਮ, ਏਕਤਾ ਦੇ ਸ਼ਬਦਾਂ ਨੂੰ। ਸਿੱਖ ਕਿੱਦਾਂ ਦਾ ਨਾਂ ਦਿੱਤਾ ਮਹਾਰਾਜ ਨੇ, ਜਿਹਦਾ ਮਾਇਨਾ ਇਹ ਹੈ ਸਿੱਖਣ ਵਾਲਾ। ਸੀਕਰ ਕਹਿ ਲਓ, ਲਰਨਰ ਕਹਿ ਲਓ, ਕੁਝ ਕਹਿ ਲਓ। ਈਸਾਈ ਵੀ ਸਿੱਖਦਾ, ਮੁਸਲਮਾਨ ਵੀ ਸਿੱਖਦਾ, ਸਨਾਤਨ ਧਰਮ ਵਾਲਾ ਸੱਜਣ ਵੀ ਸਿੱਖਦਾ ਹੈ। ਦੁਨੀਆਂ ਚ ਹਰ ਪੈਦਾ ਹੋਣ ਵਾਲਾ ਇਨਸਾਨ ਸਿੱਖਦਾ ਹੈ। ਸਿੱਖ ਸ਼ਬਦ ਹੀ ਏਦਾਂ ਦਾ ਵਾ, ਸਾਰੀ ਦੁਨੀਆਂ ਨੂੰ ਹੀ ਆਪਣੇ ਵਿੱਚ ਸਮਾ ਲਿਆ। ਕਿੱਥੇ ਬਹਿ ਕੇ ਬਾਬੇ ਨਾਨਕ ਨੇ ਘੜਿਆ ਹੋਊਗਾ, ਮੈਨੂੰ ਸਮਝ ਨਹੀਂ ਆਉਂਦੀ। ਕਿੱਥੇ ਬਹਿ ਕੇ, ਕਿਹੜੀ ਅਵਸਥਾ, ਕਿਹੜੇ ਮੰਡਲ ਚੋਂ, ਕਿਹੜੇ ਖੰਡ ਵਿੱਚੋਂ, ਗਿਆਨ ਖੰਡ ਚੋਂ ਕਿ ਕਰਮ ਖੰਡ ਚੋਂ ਕਿ ਸੱਚ ਖੰਡ ਚੋਂ ਕੱਢ ਕੇ ਲਿਆਂਦਾ? ਸਿੱਖਣ ਵਾਲਾ ਕੋਈ ਵੀ ਹੋ ਸਕਦਾ ਜਿਹੜਾ ਸਿੱਖਣਾ ਚਾਹੁੰਦਾ। ਬਸ ਸ਼ਰਤ ਇਹ ਹੈ, ਨਾਲੇ ਕਿੱਡੀ ਕਮਾਲ ਦੀ ਗੱਲ ਹੈ, ਜਦੋਂ ਸਿੱਖ ਮੈਨੇ ਸਿੱਖਣਾ ਤੇ ਸਿੱਖਣ ਵਾਲਾ ਹਮੇਸ਼ਾ ਨੀਵਾਂ ਹੁੰਦਾ, ਨਿਮਰਤਾ ਦੇ ਵਿੱਚ ਹੁੰਦਾ, ਹਲੀਮੀ ਚ ਹੁੰਦਾ। ਦੂਸਰੀ ਗੱਲ ਕਰਦਾ ਸਿੱਖ ਧਰਮ, ਜਿੱਥੇ ਸਿੱਖ ਸ਼ਬਦ ਵਿੱਚ ਸਾਰੇ ਹੀ ਸ਼ਾਮਲ ਹੋ ਸਕਦੇ ਆ।
ਉੱਥੇ ਸਿੱਖ ਧਰਮ ਦੇ ਵਿੱਚ ਵੀ ਸਾਰੇ ਸ਼ਾਮਿਲ ਹੋ ਸਕਦੇ। ਕਿਉਂ ਜਿਹੜਾ ਸਿੱਖ ਦਾ ਸਰੂਪ ਆ ਇਹ ਕੁਦਰਤੀ ਰੂਪ ਆ, ਨੈਚੁਰਲ ਸਰੂਪ ਆ, ਇਹਦੇ ਵਿੱਚ ਆਪਣੇ ਕੋਲੋਂ ਕੁਝ ਵੱਧ ਘੱਟ ਕੁਝ ਨਹੀਂ ਕੀਤਾ ਗਿਆ। ਤੁਸੀਂ ਇੱਦਾਂ ਕਰੋ, ਇੱਕ ਬੱਚਾ ਲੈ ਲਓ ਹਿੰਦ ਧਰਮ ਦਾ, ਦੂਸਰਾ ਬੱਚਾ ਲੈ ਲਓ ਇਸਲਾਮ ਧਰਮ ਦਾ, ਤੀਸਰਾ ਈਸਾਈ ਲੈ ਲਓ, ਚੌਥਾ ਬੋਧੀ ਲੈ ਲਓ, ਪੰਜਵਾਂ ਜੈਨੀ ਲੈ ਲਓ, ਪਾਰਸੀ ਲੈ ਲਓ, ਆਪਣੇ ਕੋਲੋਂ ਨਾ ਕੁਝ ਵੱਧ ਘੱਟ ਕਰੇ। ਜਿੱਦਾਂ ਦਾ ਹੈ 10 ਸਾਲ ਤੱਕ ਉਦਾਂ ਦਾ ਪਾਲਦੇ ਸਾਰੀ ਦੁਨੀਆ ਹੀ ਸਿੱਖ। ਮੁਸਲਮਾਨ ਆਪਣੇ ਕੋਲੋਂ ਲਬਾ ਨਾ ਕੱਟੇ, ਮਸ਼ਹਿਰੇ ਦੇ ਵਾਗ ਬੁੱਲਾਂ ਦੇ ਉੱਤੋਂ ਜੇ ਡਾ ਛੱਡਣੇ, ਜਿਹਨੂੰ ਕਹਿੰਦੇ ਲਬਾ ਕੱਟਣੀਆਂ। ਮੁਸਲਮਾਨ ਹੱਥ ਵਿੱਚ ਜਿੰਨੀ ਕੁ ਦਾੜੀ ਆਉਂਦੀ ਹੱਥ 'ਚ, ਇੰਨੀ ਕੁ ਰੱਖ ਕੇ ਬਾਕੀ ਕੱਟਣੀ, ਜਿੰਨੇ ਕੁ ਮੋਢਿਆਂ ਦੇ ਵਾਲ ਆਉਂਦੇ ਇੰਨੇ ਕੁ ਰੱਖ ਕੇ ਬਾਕੀ ਕੱਟਣੇ, ਇਹ ਕੰਮ ਛੱਡਦੇ ਮੁਸਲਮਾਨ ਵੀ ਸਿੱਖ। ਗੱਲ ਨਵੇੜਾਂ, ਜਨਮ ਵੇਲੇ ਹਰ ਬੰਦਾ ਹੀ ਸਿੱਖ ਆ, ਜਨਮ ਤੋਂ ਬਾਅਦ ਵਿੱਚ ਤੂੰ ਆਪਣੇ ਕੋਲੋਂ ਕੁਝ ਵੱਧ ਕਰਦਾ ਕੁਝ ਘੱਟ ਕਰਦਾ ਤੇ ਧਰਮ ਬਣ ਜਾਂਦੇ। ਧੰਨ ਗੁਰੂ ਨਾਨਕ ਦੇਵ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਪਤਾ ਨਹੀਂ ਕਿੱਥੇ ਬਹਿ ਕੇ ਸ਼ਬਦ ਕੱਢ ਕੇ ਲਿਆਏ ਸਿੱਖ ਸ਼ਬਦ ਤੇ ਸਿੱਖ ਧਰਮ। ਸਿੱਖ ਦਾ ਮਤਲਬ ਹੈ ਸਿੱਖਣਾ, ਤੇ ਸਿੱਖਣਾ ਕਿੱਥੋਂ ਆ? ਗੁਰੂ ਦੀ ਸਾਖੀ ਤੋਂ, ਗੁਰੂ ਦੀ ਗਵਾਹੀ ਤੋਂ। ਹੁਣ ਅੱਜ ਨਾ ਸਾਡੇ ਵਿੱਚ ਇੱਕ ਨਵਾਂ ਰੌਲਾ ਬੜਾ ਚੱਲ ਪਿਆ ਹੈ ਵੀ ਜਿਹੜੀਆਂ ਉਦਾਹਰਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਿੱਤੀਆਂ ਨੇ ਉਹਨਾਂ ਨੂੰ ਅਸੀਂ ਸੱਚ ਮੰਨੀਏ ਕਿ ਮਿਥਿਹਾਸ ਮੰਨੀਏ, ਸਿੱਧਾ ਕਹਾਂ ਝੂਠ ਮੰਨੀਏ? ਦਿੰਦੇ ਕਿ ਨਹੀਂ ਉਦਾਹਰਣਾਂ? ਗੁਰੂ ਗ੍ਰੰਥ ਸਾਹਿਬ 'ਚ ਜਿਹੜੀਆਂ ਉਦਾਹਰਨਾਂ ਆਉਂਦੀਆਂ ਪਿਛਲੇ ਸਮੇਂ ਦੀਆਂ, ਉਹ ਸਿਰਫ ਉਦਾਹਰਣ ਹੈ ਕਿ ਸੱਚ ਹੈ ਕਿ ਸਿਰਫ ਮਿਥਾਂ ਮਾਇਥੋਲੋਜੀ ਹੈ, ਹੋਰ ਕੁਛ ਨਹੀਂ? ਅੱਧੇ ਸੱਜਣ ਕਹਿੰਦੇ ਨੇ ਮਿਥ, ਜਿਵੇਂ ਗੁਰੂ ਗ੍ਰੰਥ ਸਾਹਿਬ 'ਚ ਰਾਮ ਜੀ ਦੀ ਉਦਾਹਰਣ ਆਉਂਦੀ ਹੈ, 90% ਮੇਰੇ ਖਿਆਲ ਨਾਲ ਸਿੱਖ ਕਹਿੰਦੇ ਮਿਥ ਆ, ਰਾਮ ਜੀ ਹੋਏ ਨਹੀਂ, ਇੱਕ ਕਲਪਨਾ। ਠੀਕ ਆ ਜੀ, ਚਲੋ ਸਿੱਖਾਂ ਦੇ ਕਹਿਣਾ ਕਹਿਣਾ, ਹਿੰਦੂਆਂ ਦਾ ਵੀ ਬੇੜਾ ਗਰਕਿਆ ਪਿਆ, ਆਪਦੇ ਰੱਬ ਨੂੰ ਕਹਿੰਦੇ ਹੋਇਆ ਨਹੀਂ ਕਲਪਨਾ। ਚਲੋ ਸਾਡੀ ਤੇ ਗੱਲ ਛੱਡੋ, ਅਸੀਂ ਤੇ ਭਰਾ ਗੁਆਂਢੀ ਮੁਕਸ ਕੱਢਣੇ ਕੱਢਣੇ। ਜਿਵੇਂ ਗੁਰੂ ਗ੍ਰੰਥ ਸਾਹਿਬ 'ਚ ਹਰਨਾਕਸ਼ ਦਾ ਜ਼ਿਕਰ ਹੈ, ਇੱਕ ਰਾਕਸ਼ਸ ਦਾ ਜ਼ਿਕਰ ਆ ਜਿਹੜਾ ਆਪਣੇ ਆਪ ਨੂੰ ਰੱਬ ਕਹਾਉਂਦਾ ਸੀ, ਨਾਲ ਹੀ
ਉਹਦੇ ਪਰਿਵਾਰ ਦਾ ਜ਼ਿਕਰ ਆ, ਭਗਤ ਪ੍ਰਹਿਲਾਦ ਜਿਹਨੂੰ ਮੈਂ ਰੋਜ਼ ਯਾਦ ਕਰਦਾ, ਹਰ ਯੁੱਗ ਯੁੱਗ ਭਗਤੇ ਉਹ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਦੱਸ ਸੱਚ ਆ ਕਿ ਮਿੱਥ ਆ, ਕੀ ਜਵਾਬ ਦੋਗੇ? ਵੈਸੇ ਜਿਹੜੀ ਗੱਲ ਗੁਰੂ ਮਹਾਰਾਜ ਕਹਿਣ, ਉਹਨੂੰ ਮਿੱਥ ਕਹਿਣਾ ਸਾਡੇ ਸਿੱਖਾਂ ਵਾਸਤੇ ਸੋਭਦਾ ਨਹੀਂ, ਹੋਰ ਭਾਵੇਂ ਜਿੰਨੇ ਮਰਜ਼ੀ ਕਹੀ ਨੇ, ਸਿੱਖ ਵਾਸਤੇ ਨਹੀਂ ਕੋਈ ਮੇਰੇ ਹਿਸਾਬ ਨਾਲ ਬਹੁਤੀ ਚੰਗੀ ਗੱਲ। ਕਿਉਂਕਿ ਗੁਰੂ ਕੌਣ ਆ, ਬ੍ਰਹਮ ਗਿਆਨੀ ਕੌਣ ਆ, ਜਿਹਦੇ ਅੰਦਰ ਵੀ ਸੱਚ ਆ ਤੇ ਜ਼ਬਾਨ ਮੂੰਹ ਤੇ ਵੀ ਸੱਚ, ਮੰਨਦੇ ਕਿ ਨਹੀਂ? ਮਨ ਸੱਚ ਆ, ਮੁੱਖ ਸੱਚ ਆ ਸੋਏ। ਹੁਣ ਇੱਥੇ ਮਹਾਰਾਜ ਜੀ ਇੱਕ ਆਪਾਂ ਸ਼ਬਦ ਵਰਤ ਸਕਦੇ ਹਾਂ, ਕਹਾਣੀ ਜਿਹੜੀਆਂ ਗੁਰੂ ਸਾਹਿਬ ਚ ਉਦਾਹਰਨਾਂ ਆਈਆਂ ਨੇ ਗੁਰੂ ਗ੍ਰੰਥ ਸਾਹਿਬ ਚ, ਕਹਾਣੀ ਆ ਕਿ ਸਾਖੀ ਆ? ਹੁਣ ਤੁਸੀਂ ਕਹੋਗੇ ਵੀ ਸਾਖੀ ਵੀ ਤੇ ਕਹਾਣੀ ਹੁੰਦੀ, ਕਹਾਣੀ ਵੀ ਤੇ ਸਾਖੀ ਹੁੰਦੀ, ਸਾਖੀ ਕਹਿ ਲਓ ਕਹਾਣੀ ਕਹਿ ਲਓ, ਨਹੀਂ ਬਿਲਕੁਲ ਗਲਤ ਆ, ਟੋਟਲੀ ਓਪੋਜ਼ਿਟ ਆ ਕਹਾਣੀ ਤੇ ਸਾਖੀ, ਤੇ ਸਾਖੀ ਦੀ ਗੱਲ। ਕਹਾਣੀ ਜਿਹੜੀ ਆ ਉਹਦਾ ਸੰਸਾਰ ਦੇ ਸਭ ਤੋਂ ਵੱਡੇ ਵਿਦਵਾਨ, ਬੁੱਧੀ ਦੇ ਤਲ ਤੇ ਜੇ ਕੋਈ ਏਡਾ ਵੱਡਾ ਵਿਦਵਾਨ ਹੋਇਆ ਤਾਂ ਰਜਨੀਸ਼, ਉਹਨੇ ਕਹਾਣੀ ਦਾ ਅਰਥ ਕਰ ਦਿੱਤਾ, ਕਹਾ ਨਹੀਂ, ਕਿਹਾ ਨਹੀਂ ਸੀ ਪਰ ਚੱਲ ਪਈ। ਮੈਨੇ ਝੂਠ ਆ ਇੱਕ ਗੱਲ ਤੁਰੀ ਆਉਂਦੀ, ਕਹਾਣੀ ਸੱਚੀ ਨਹੀਂ ਹੁੰਦੀ, ਇੱਕ ਝੂਠ ਆ। ਉਹਦਾ ਜਵਾਬ ਦੇਣ ਵਾਸਤੇ ਸੰਸਕ੍ਰਿਤ ਦੇ ਵਿਦਵਾਨਾਂ ਨੇ ਅਰਥ ਕਰ ਦਿੱਤਾ ਕਹਾਣੀ ਦਾ ਕਾਹਾਣੀ, ਜਿਹਨੂੰ ਸੁਣਾਉਣ ਦੇ ਨਾਲ ਕੋਈ ਹਾਨੀ ਨਹੀਂ ਨੁਕਸਾਨ ਨਹੀਂ ਤੂੰ ਸੁਣਾ ਸਕਦਾ। ਵਿਦਵਾਨ ਸਿਰੇ ਦੇ ਹੁੰਦੇ ਵੇਖ ਲਓ, ਬਾਲ ਦੀ ਖੱਲ ਲਾਈ ਜਾਂਦੀ, ਇੱਕ ਤੋੜੀ ਜਾਂਦਾ, ਇੱਕ ਭੰਨੀ ਜਾਂਦਾ, ਦੂਜਾ ਜੋੜੀ ਜਾਂਦਾ, ਸਿੱਧ ਕਰੀ ਜਾਂਦਾ। ਕਹਾਣੀ ਦਾ ਜੇ ਅਰਥ ਮੰਨੀਏ ਵੀ ਹੋ ਸਕਦਾ ਹੋਈ ਹੋਵੇ ਨਾ ਹੋਈ ਹੋਵੇ ਪਰ ਲੋਕਾਂ ਚ ਚੱਲਦੀ ਆਉਂਦੀ, ਉਹ ਤੇ ਹੋ ਗਈ ਕਹਾਣੀ। ਪਰ ਜਦੋਂ ਸਾਡੇ ਕਥਾ ਵਾਚਕ ਸਾਖੀ ਨੂੰ ਵੀ ਕਹਾਣੀ ਕਹਿੰਦੇ, ਇੱਥੋਂ ਪਤਾ ਲੱਗਦਾ ਵੀ ਇੱਕ ਸਾਲ ਚ ਪੜਿਆ ਹੋਣਾ, ਭਾਸ਼ਾ ਦਾ ਗਿਆਨ ਨਹੀਂ ਹੈ, ਸੁਣੀ ਸੁਣਾਈ ਕਥਾ ਕਰਦਾ ਹੋ। ਕਿਉਂ ਜਿਹੜਾ ਸਾਖੀ ਸ਼ਬਦ ਆ ਨਾ, ਸਾਖੀ ਇਹਦਾ ਆਪਾਂ ਨੂੰ ਮੂਲ ਲੱਭਣਾ ਪਊਗਾ ਵੀ ਇਹਦਾ ਮੂਲ ਕੀ ਹੈ। ਜਿਵੇਂ ਇੰਗਲਿਸ਼ ਦੇ ਤਕਰੀਬਨ ਜਿੰਨੇ ਸ਼ਬਦ ਨੇ ਜ਼ਿਆਦਾਤਰ ਉਹ ਲੈਟਿਨ ਦੇ ਵਿੱਚੋਂ, ਮੂਲ ਉਹਨਾਂ ਦੀ ਧਾਤੂ ਲੈਟਿਨ ਹੋਵੇ। ਇਸੇ ਤਰ੍ਹਾਂ ਹਿੰਦੀ ਦੇ, ਬ੍ਰਿਜ ਭਾਸ਼ਾ ਦੇ, ਸੰਸਕ੍ਰਿਤ ਦੇ ਜਿੰਨੇ ਸ਼ਬਦ ਹੋਣਗੇ ਤਕਰੀਬਨ ਉਹਨਾਂ ਦਾ ਮੂਲ ਹੋਵੇਗਾ ਸੰਸਕ੍ਰਿਤ, ਜਾਂ ਫਾਰਸੀ ਹੋ ਸਕਦੀ, ਜਾਂ ਅਰਬੀ ਹੋ ਸਕਦੀ, ਹਰੇਕ ਸ਼ਬਦ। ਕੁਝ ਸ਼ਬਦ ਯੋਗਿਕ ਨੇ ਤੇ ਕੁਝ ਅਯੋਗਿਕ ਨੇ। ਕੁਝ ਸ਼ਬਦਾਂ ਦੇ ਤੇ ਮੂਲ ਲੱਭਦੀ ਆ ਵੀ ਕਿੱਥੋਂ ਪੈਦਾ ਹੋਇਆ, ਜੜ ਕੀ ਆ, ਕੁਝ ਸ਼ਬਦਾਂ ਦੀ ਨਹੀਂ ਲੱਭਦੀ ਜਿਹੜੇ ਆਪਾਂ ਆਪਸ ਵਿੱਚ ਵਰਤ ਲੈਂਦੇ ਬੋਲ ਚਾਲ। ਦੋ ਤਰ੍ਹਾਂ ਦੇ ਸ਼ਬਦ ਆਉਂਦੇ ਗੁਰੂ ਗ੍ਰੰਥ ਸਾਹਿਬ, ਉਹ
ਹੁਣ ਜੇ ਇਸ ਸ਼ਬਦ ਦੀ ਪੜਚੋਲ ਕਰੀਏ ਤੇ ਮੇਰੇ ਹਿਸਾਬ ਨਾਲ ਮਸਲਾ ਹੱਲ ਹੋ ਜਾਂਦਾ ਵੀ ਗੁਰੂ ਸਾਹਿਬ ਦੀ ਅਵਧਾਰਨਾ ਨੂੰ ਕੀ ਮੰਨਿਆ ਜਾਵੇ। ਕਿਉਂ ਮੈਂ ਦਿੱਲੀ ਕਥਾ ਕਰਦਾ ਸੀ, ਉੱਥੇ ਇੱਕ ਬਜ਼ੁਰਗ ਨੇ ਮੈਨੂੰ ਸਵਾਲ ਕਰਤਾ, ਕਮਰੇ 'ਚ ਆਇਆ ਤੇ ਉਹਨੇ ਸਵਾਲ ਕਰ ਦਿੱਤਾ ਵੀ ਜਿਹੜੀਆਂ ਉਦਾਹਰਨਾਂ ਮਹਾਰਾਜ 'ਚ ਆਉਂਦੀਆਂ ਇਹ ਸੱਚੀਆਂ ਨਾ ਕਿ ਮਿੱਥ ਆ। ਪਹਿਲਾਂ ਇਹਦਾ ਮੈਂ ਜਵਾਬ ਦੇਣ ਤੋਂ ਪਹਿਲਾਂ ਇੱਕ ਗੱਲ ਸੁਣਾਵਾਂ, ਸਾਖੀ ਸ਼ਬਦ ਦਾ ਮੂਲ ਕੀ ਹੈ। ਸਾਖੀ ਸ਼ਬਦ ਦਾ ਮੂਲ ਆ ਸਾਕਸ਼ੀ। ਅਸਲੀ ਸ਼ਬਦ ਕੀ ਆ? ਸਾਕਸ਼ੀ, ਸਾਕਸ਼ ਗਵਾਹ, ਜਿਹੜਾ ਗਵਾਹੀ ਦਿੰਦਾ। ਉਹਦੇ ਤੋਂ ਸ਼ਬਦ ਕੀ ਬਣ ਗਿਆ? ਸਾਖੀ। ਹੁਣ ਦੇਖੋ ਕਿੰਨੀ ਵਾਰੀ ਆਊਗਾ, ਗੁਰ ਸਾਖੀ ਅੰਤਰ ਜਾਗੀ, ਗੁਰ ਸਾਖੀ ਕਾ ਉਜਿਆਰਾ। ਤੇ ਕੀਰਤਨ ਸੋਹਿਲਾ ਪੜ੍ਹਦੇ ਹੁੰਦੇ ਕਿ ਨਹੀਂ ਪੜ੍ਹਦੇ ਹੁੰਦੇ? ਪੰਜ ਕੁ ਮਿੰਟ ਵੀ ਨਹੀਂ ਲੱਗਦੇ, ਡੇਢ ਕੁ ਲੱਗਦਾ। ਪਰ ਕਿੱਡਾ ਮਨ ਬੇਈਮਾਨ ਆ, ਇਹ ਕਿੱਥੇ ਪੜ੍ਹ ਕੇ ਰਾਜੀ? ਊਂ ਕਹਿੰਦੇ ਜੀ ਪੰਜ ਬਾਣੀਆਂ ਬਹੁਤ ਵੱਡੀਆਂ ਤੇ ਤੂੰ ਕੀਰਤਨ ਸੋਹਿਲਾ ਪੜ੍ਹ ਲੈਂਦਾ। ਫਿਰ ਉਹ ਕਹਿਣਗੇ ਜੀ ਪੰਜ ਨਾ ਕਰੀਏ, ਤਿੰਨ ਨਾ ਕਰ ਲਈਏ। ਤਿੰਨ ਦੀ ਗੱਲ ਛੱਡੋ, ਇੱਥੇ ਤੇ ਡੇਢ ਮਿੰਟ ਵਾਲੀ ਵੀ ਨਹੀਂ ਪੜ੍ਹ ਕੇ ਰਾਜੀ ਕੋਈ। ਕਿਹੜੀਆਂ ਤੁਸੀਂ ਗੱਲਾਂ ਕਰਦੇ ਹੋ? ਘੱਟ ਵਾਧਾ ਕਰਕੇ ਰਾਜੀ ਕੋਈ ਕੀਰਤਨ ਸੋਹਿਲਾ ਨਾ? ਤੇ ਤਿੰਨ ਨਾਲ ਹੀ ਗੱਲ ਬਣਦੀ ਸੱਜਣਾ, ਤੇ ਗੁੱਸਾ ਨਾ ਕਰਿਓ। ਪੰਜਾਂ ਨਾਲ ਵੀ ਮੈਨੂੰ ਜਾਪਦਾ ਗੱਲ ਬਣਦੀ ਨਹੀਂ। ਜੇ ਤੇ ਸਿਰ ਦੇਣਾ ਫਿਰ ਤੇ ਸੌ ਪਾਠ ਵੀ ਕਰਨਾ ਪੈ ਜਾਣਾ ਜਪਜੀ ਸਾਹਿਬ ਦਾ, ਤੂੰ ਪੰਜਾਂ ਦੀ ਸਿਆਪਾ ਪਾ ਕੇ ਬਹਿ ਜਾਂਦਾ। ਫਿਰ ਤੇ ਪਤਾ ਨੀ ਕਿੰਨੀ ਕੁ ਕਮਾਈ ਕਰਨੀ ਪੈਣੀ ਜਿੰਨਾ ਸਿਰ ਦੇਣੇ ਤੇ ਸਿਰ ਲੈਣੇ। ਇਹ ਪੰਜ ਤੇ ਸਾਡੇ ਵਰਗਿਆਂ ਵਾਸਤੇ ਆ ਵੀ ਥੋੜਾ ਬਹੁਤਾ ਰੱਬ ਦਾ ਨਾਂ ਲਈ। ਹੁਣ ਕੀਰਤਨ ਸੋਹਿਲਾ ਕਰਦੇ ਹੁੰਦੇ ਕਿ ਨਹੀਂ ਕਰਦੇ ਹੁੰਦੇ? ਤੇ ਤਕਰੀਬਨ 90% ਨਹੀਂ ਕਰਦੇ ਹੁੰਦੇ। ਕੋਈ ਨੀ, ਇੱਕ ਦਿਨ ਪੱਕਾ ਹੀ ਪੜਿਆ ਜਾਣਾ ਜਦੋਂ ਅੱਖਾਂ ਮੀਚੀਆਂ ਜਾਣ। ਭਾਈ ਸਾਹਿਬ ਨੇ ਚਾਦਰ ਵਿਛਾ ਕੇ ਪੜ੍ਹ ਹੀ ਦੇਣਾ, ਕੰਮ ਨਿਬੇੜ ਹੀ ਦੇਣਾ। ਇਸ ਕਰਕੇ ਪਹਿਲਾਂ ਹੀ ਪੜ੍ਹਦਾ ਚੰਗਾ ਰਹੇ। ਕੀਰਤਨ ਸੋਹਿਲੇ ਵਿੱਚ ਸ਼ਬਦ ਆਵੇਗਾ, ਸਭ ਮੈਂ ਜੋਤ, ਜੋਤ ਹੈ ਸੋਏ ਆਉਂਦਾ ਕਹਿੰਦੇ। ਫਿਰ ਪ੍ਰਸ਼ਨ ਕੀਤਾ, ਜੀ ਜੇ ਸਾਰਿਆਂ ਵਿੱਚ ਰੱਬ ਦੀ ਜੋਤ ਆ ਤੇ ਪ੍ਰਗਟ ਕਿੱਦਾਂ ਹੁੰਦੀ? ਤਿਸ ਦੈ ਚਾਨਣ, ਸਭ ਮੈਂ ਚਾਨਣ ਹੋਏ। ਤੇ ਅਗਲੀ ਗੱਲ ਫਿਰ ਮਹਾਰਾਜ ਨੇ ਕਹਿਤੀ, ਜੇ ਸੱਜਣਾ ਕੋ ਜੋਤ ਪ੍ਰਗਟ ਕਰਨੀ ਤੇ ਫਿਰ ਗੁਰ ਸਾਖੀ ਜੋਤ ਪ੍ਰਗਟ ਹੋਏ। ਗੁਰੂ ਨੂੰ ਵਿੱਚ ਸਾਖੀ ਬਣਾਉਣਾ, ਸਾਖੀ ਪਹਿਲੇ ਗਵਾਹ, ਸਾਖੀ ਪਹਿਲੇ ਸਿੱਖਿਆ, ਸਾਖੀ ਪਹਿਲੇ ਵਿਚੋਲਾ। ਗੁਰੂ ਨੂੰ ਵਿੱਚ ਵਿਚੋਲਾ ਪਾਲਾ ਤੇ ਜੋਤ ਪ੍ਰਗਟ ਹੋ ਜਾਊਗੀ, ਰੱਬ ਤੈਨੂੰ ਮਿਲ ਪਵੇਗਾ ਵੀ। ਹੁਣ ਸਾਖੀ ਸ਼ਬਦ ਦਾ ਮੂਲ ਕੀ ਹੈ? ਸਾਖੀ, ਤੇ ਸਾਖੀ ਦਾ ਅਰਥ ਹੁੰਦਾ ਗਵਾਹੀ ਦੇਣੀ। ਇਹ ਕੱਲ ਵੀ ਕਥਾ ਕੀਤੀ ਸੀ ਰਾਤ ਨੂੰ, ਪਰ ਰਿਕਾਰਡਿੰਗ ਦੇ ਵਿੱਚ ਕੁਝ ਗੜਬੜ ਹੋਣ ਕਰਕੇ ਹੁਕਮ ਨਾਲ ਦੇ ਸਿੰਘਾਂ ਦਾ ਦੁਬਾਰਾ ਕਰਦਾ ਪਿਆ।
ਪਾਤਸ਼ਾਹ ਦਾ ਸ਼ਬਦ ਪੜ੍ਹੋ ਤੁਸੀਂ ਸੁਣ ਸਾਖੀ ਮਨ ਜਾਪੋ ਪਿਆਰ। ਸਾਖੀ ਸੁਣ ਤੂੰ ਗਵਾਹੀ ਸੁਣ, ਮੈਂ ਤੈਨੂੰ ਸ਼ਰਤੀਆ ਕਹਿੰਦਾ ਜੇ ਤੂੰ ਗਵਾਹੀ ਸੁਣ ਲਈ ਤੇਰੇ ਅੰਦਰ ਤੇਰੇ ਮਨ ਵਿੱਚ ਜਪਣ ਦਾ ਪਿਆਰ ਪੈਦਾ ਹੋ ਜਾਵੇ। ਸਾਖੀ ਤੇਰੇ ਅੰਦਰ ਪਿਆਰ ਪੈਦਾ ਕਰੇਗੀ ਜਪਣ ਦਾ ਰੱਬ ਦੀ ਬੰਦੀ। ਤੇ ਉਦਾਹਰਣ ਪਤਾ ਕਿਹਦੀ ਦਿੱਤੀ, ਅਜਾਮਲ ਉਧਰਿਆ ਕਹਿ ਏਕ ਵਾਰ, ਬਾਲ ਬੀਕੇ ਹੋਆ ਸਾਧ ਸੰਗ, ਧਰੂ ਕੋ ਮਿਲਿਓ ਹਰ ਨਿਸੰਗ। ਇਸ ਸ਼ਬਦ ਵਿੱਚ ਉਹਨਾਂ ਦੀ ਸਾਖੀ ਦਿੱਤੀ ਜਿਨ੍ਹਾਂ ਨੂੰ ਅੱਜ ਸਿੱਖ ਪਤਾ ਹਿੱਕ ਹੋ ਕੇ ਕਹਿੰਦਾ ਮਿਥਿਹਾਸ ਆ, ਕਲਪਨਾ ਵਾ, ਪੂਰੀ ਕਲਪਨਾ। ਤੇ ਜੇ ਸਾਖੀ ਦਾ ਅਰਥ ਗਵਾਹੀ ਆ ਤੇ ਫਿਰ ਗੁਰੂ ਅਰਜਨ ਦੇਵ ਸਾਹਿਬ ਝੂਠੀ ਗਵਾਹੀ ਭਰਦਾ ਪਿਆ। ਕੀ ਜਵਾਬ? ਫਿਰ ਗੱਲ ਕੀ ਹੋਈ? ਫਿਰ ਇਹਨਾਂ ਸਾਖੀਆਂ ਚ ਜਿਹੜੀ ਅੱਤ ਉਗਤੀ ਆਉਂਦੀ ਆ ਫਿਰ ਉਹਦਾ ਜਵਾਬ ਕੀ ਹੋਇਆ? ਜਿਵੇਂ ਸਾਖੀ ਦੇ ਵਿੱਚ ਆ ਗਿਆ ਜੀ ਰਾਵਣ ਦੇ 10 ਸਿਰ ਸੀ, ਮਹਾਰਾਜ ਨੇ ਜਵਾਬ ਦੇ ਦਿੱਤਾ, ਗੁਰੂ ਸਾਹਿਬ ਨੇ ਜਾਂ ਵਿਦਵਾਨਾਂ ਨੇ ਜਵਾਬ ਦਿੱਤਾ 10 ਜਿੰਨਾ ਸਿਆਣਾ ਸੀ। ਆ ਤੇ ਹੋਇਆ ਨਾ ਜਵਾਬ, ਸਾਖੀ ਸਿੱਧ ਹੋ ਗਈ। ਤਾਂ ਫਿਰ ਇਹ ਸਾਖੀਆਂ 'ਚ ਜਿਹੜੀ ਵੱਧ ਘੱਟ ਗੱਲ ਆਉਂਦੀ ਉਹ ਕੀ? ਇਹ ਸਾਖੀ ਹੈ ਤਾਂ ਸੱਚੀ ਜਿੰਨੀ ਵੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਕੀਤੀ, ਇਹ ਸ਼ਬਦ ਤੁਸੀਂ ਕੱਢ ਕੇ ਪੜ੍ਹ ਸਕਦੇ ਸਾਰ। ਪਰ ਪਹਿਲਾਂ ਮੈਂ ਅਰਥ ਕਰਾਂ ਵੀ ਸਾਖੀ ਕਿਹਨੂੰ ਕਹਿੰਦੇ, ਸਾਖੀ ਕਿਹਨੂੰ ਕਹਿੰਦੇ, ਗਵਾਹ ਕਿਹਨੂੰ ਕਹਿੰਦੇ। ਅਦਾਲਤ ਗਵਾਹ ਉਹਨੂੰ ਮੰਨਦੀ ਹੈ ਜਿਹਦੇ ਵਿੱਚ 3 ਸ਼ਰਤਾਂ ਹੋਣ। 3, ਇੱਕ ਪਹਿਲੀ ਸ਼ਰਤ ਵੀ ਖਰੀਦਿਆ ਨਾ ਜਾਵੇ, ਉਹ ਗਵਾਹੀ ਦੇ ਸਕਦਾ। ਦੂਜੀ ਸ਼ਰਤ ਵੀ ਨਸ਼ਈ ਨਾ ਹੋਵੇ, ਉਹ ਗਵਾਹੀ ਦੇ ਸਕਦਾ। ਤੇ ਤੀਜੀ ਸ਼ਰਤ ਐਨ ਮੌਕੇ 'ਤੇ ਹੋਵੇ, ਐਨ ਮੌਕੇ 'ਤੇ। ਇਹ ਨਹੀਂ ਵੀ ਹੈਦੇ ਹੱਥ 'ਚ ਤਲਵਾਰ ਫੜੀ ਸੀ, ਹੈਦੇ ਹੱਥ 'ਚ ਹਥਿਆਰ ਫੜਿਆ ਸੀ ਅਤੇ ਲਾਸ਼ ਥੱਲੇ ਪਈ ਸੀ, ਉਹਨਾਂ ਗਵਾਹ ਨਹੀਂ ਮੰਨਣਾ। ਉਹਨਾਂ ਕਹਿਣਾ ਤੇਰੇ ਸਾਹਮਣੇ ਮਾਰਦਾ ਪਿਆ ਸੀ, ਐਨ ਮੌਕੇ 'ਤੇ ਸੀ ਅਤੇ ਬਾਅਦ 'ਚ ਆਇਆ ਸੀ, ਐਨ ਮੌਕੇ 'ਤੇ ਹੋ ਗਏ। ਤੇ ਜਿਹੜਾ ਖਰੀਦਿਆ ਨਾ ਜਾ ਸਕੇ ਤੇ ਜਿਹੜਾ ਨਸ਼ੇ 'ਚ ਤੁੰਨ ਹੋਵੇ ਉਹਦੇ ਸਾਹਮਣੇ ਭਾਵੇਂ ਕਤਲ ਵੀ ਹੋ ਜਾਏ, ਅਦਾਲਤ ਨਹੀਂ ਮੰਨਦੀ ਉਹਨੂੰ। ਕੋਈ ਤੂੰ ਤੇ ਨਸ਼ੇ 'ਚ, ਤੈਨੂੰ ਕੀ ਪਤਾ ਕੀ ਦਾ ਕੀ ਲਿਖੀ ਜਾਂਦਾ। ਹੁਣ ਗੁਰੂ ਕੀ ਆ? ਸਾਡਾ ਗਵਾਹ ਸਾਖੀ ਹੈ ਨਾ, ਗੁਰ ਸਾਖੀ। ਤੇ ਮੈਨੂੰ ਦੱਸੋ ਕਿਹੜੀ ਦੁਨੀਆਂ ਦੀ ਤਾਕਤ ਜੰਮ ਗਈ ਜਿਹੜੀ ਮਹਾਰਾਜ ਨੂੰ ਖਰੀਦ ਲੈ? ਉਹ ਕਿਉਂ ਝੂਠ ਬੋਲਣਗੇ? ਵੀ ਡਾਰਾ ਉਹਨਾਂ ਨੂੰ ਕਿਸੇ? ਕਿਹੜੀ ਦੁਨੀਆਂ ਦੀ ਤਾਕਤ ਜੰਮ ਗਈ ਆ ਜਿਹੜਾ ਗੁਰੂ ਨੂੰ ਗੁਮਰਾਹ ਕਰਦੇ ਕਿਸੇ ਨਸ਼ੇ 'ਚ, ਕਿਸੇ ਲੋਰ 'ਚ? ਹੈ ਕੋਈ ਗੱਲ? ਤੇ ਗੁਰੂ ਵਾਹਿਗੁਰੂ ਆਤਮਾ ਪਰਮਾਤਮਾ ਦੱਸ ਕਿਹੜੇ ਟਾਈਮ ਹਾਜ਼ਰ ਨਹੀਂ ਹੁੰਦੇ? ਮਹਾਰਾਜ ਕਹਿੰਦੇ ਸੱਦ ਸੁਣਦਾ ਸਭ ਵੇਖਦਾ ਕਿਉਂ ਮੁੱਕਰ ਪਿਆ ਹੈ, ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ। ਮਹਾਰਾਜ ਕਹਿੰਦੇ ਤੂੰ ਸਭਨੀ ਥਾਈ ਜਿੱਥੇ ਹੋ। ਹੁਣ ਦੱਸੋ ਬਈ, ਤਾਂ ਗੁਰੂ ਕੀ ਹੋ ਗਿਆ? ਸਾਖੀ 3 ਚੀਜ਼ਾਂ ਲਾਗੂ ਹੋ ਗਈਆਂ ਨਾ ਵਿੱਚ ਫਿਰ ਮਹਾਰਾਜ। ਤੇ ਜਦੋਂ ਗੁਰੂ ਵਿੱਚ 3 ਚੀਜ਼ਾਂ ਲਾਗੂ ਹੁੰਦੀਆਂ ਪਈਆਂ ਤੇ ਫਿਰ ਗੱਲ ਕੀ ਹੋਈ? ਫਿਰ ਗੁਰੂ ਸਾਹਿਬ ਤੇ ਇੱਦਾਂ ਦੀ ਗੱਲ ਨਹੀਂ ਲਿਖ ਸਕਦੇ। ਗੱਲ ਸਿਰਫ ਇੰਨੀ ਕਾ
ਵੀ ਜਿਹੜੀ ਚੀਜ਼ ਇੱਕ ਮੂੰਹ ਤੋਂ ਦੂਸਰੇ ਮੂੰਹ 'ਚ ਚਲੇ ਜਾਵੇ, ਦੂਸਰੇ ਤੋਂ ਤੀਸਰੇ ਕੰਨਾਂ 'ਚ ਚਲੇ ਜਾਵੇ, ਉੱਥੋਂ ਚੌਥੇ ਉੱਥੇ ਪੰਜਵੇਂ, ਉਹਦੇ ਵਿੱਚ ਕਈ ਗੱਲਾਂ ਵੱਧ ਘੱਟ ਜੁੜ ਜਾਂਦੀਆਂ। ਇੱਡੀ ਇੱਕ ਗੱਲ ਆ ਬਸ। ਇਹ ਨਾ ਕਹਿ ਕੇ ਗੁਰੂ ਗ੍ਰੰਥ ਸਾਹਿਬ ਦੀਆਂ ਉਦਾਹਰਨਾਂ ਜਿਹੜੀਆਂ ਸਾਰੀਆਂ ਮਿੱਥਾਂ ਸਾਰੀਆਂ ਗਲਤ, ਇਹ ਹੋ ਨਹੀਂ ਸਕਦੀ। ਕਿਉਂ ਜਦੋਂ ਇੱਕ ਬੰਦਾ ਗੱਲ ਕਰਦਾ, ਹੁਣ ਦੇਖੋ ਦਮਦਮੇ ਸਾਹਿਬ ਦੀ ਗੱਲ ਹੈ, ਬਾਬਾ ਉਦੇ ਸਿੰਘ ਜੀ ਨੇ ਗੱਲ ਸੁਣਾਈ ਵੀ ਸਿੰਘ ਸਾਹਿਬ ਦਾ ਹੁਕਮ ਆਇਆ ਵੀ ਵਿਦਿਆਲੇ ਚੋਂ ਪੰਜ ਸਿੱਖ ਭੇਜ ਦਿਓ। ਜਿਹਨੂੰ ਹੁਕਮ ਸੁਣਾਇਆ ਗਿਆ ਸੀ ਉਹਨੇ ਜਾ ਕੇ ਚੌਂਕੀਦਾਰ ਨੂੰ ਪਤਾ ਕੀ ਕਿਹਾ, ਹੁਣ ਵੇਖਿਓ ਕੋਲੋਂ ਮਸਾਲਾ ਕਿੱਦਾਂ ਜੁੜਦਾ। ਉਹ ਕਹਿੰਦਾ ਸਿੰਘ ਸਾਹਿਬ ਕਹਿੰਦਾ ਪੰਜ ਸੱਤ ਬੰਦੇ ਭੇਜ ਦੇ, ਪੰਜਾਂ ਤੋਂ ਸੱਤ 'ਤੇ ਗੱਲ ਚਲੇ ਗਈ, ਪੰਜ ਸੱਤ ਬੰਦੇ ਭੇਜ ਦੇ। ਅਤੇ ਚੌਂਕੀਦਾਰ ਨੇ ਜਦੋਂ ਪ੍ਰਿੰਸੀਪਲ ਸਾਹਿਬ ਨੂੰ ਦੱਸਿਆ ਅਤੇ ਪ੍ਰਿੰਸੀਪਲ ਸਾਹਿਬ ਨੇ ਅੱਗੇ ਜਿਹਨੂੰ ਔਡਰ ਦਿੱਤਾ ਕਿਸੇ ਲੜਕੇ ਤੋਂ ਨੌਜਵਾਨ ਸਿੱਖ ਨੂੰ ਵੀ ਵਿਦਿਆਰਥੀਆਂ ਨੂੰ ਕਹਿ, ਉੱਥੋਂ ਗੱਲ ਕੀ ਬਣ ਗਈ, ਕਹਿੰਦਾ ਸੱਤ ਅੱਠ ਬੰਦੇ ਭੇਜ ਦੇ। ਉਹਨੇ ਜਦੋਂ ਉਹ ਨਿਆਣੇ ਤਾਂ ਤੁਹਾਨੂੰ ਪਤਾ ਸਾਰੇ ਛੁੱਟੀਆਂ ਮਾਰ ਕੇ ਰਾਜ਼ੀ ਹੁੰਦੇ, ਉਹਨੇ ਕੋਲੋਂ ਹੀ ਘੜ ਕੇ ਕਹਿਤਾ ਵੀ ਸਾਰਾ ਵਿਦਿਆਲਾ ਤਖ਼ਤ 'ਤੇ ਹਾਜ਼ਰ ਹੋ, ਕਲਾਸਾਂ ਦੀ ਛੁੱਟੀ ਹੁਣ ਲੱਭੀ ਜਾਓ ਵੀ ਭਿੱਜ ਗਈ ਸੀ। ਇੱਕ ਮੂੰਹ ਤੋਂ ਜਦੋਂ ਦੂਸਰੇ ਮੂੰਹ, ਦੂਸਰੇ ਮੂੰਹ ਤੋਂ ਤੀਸਰੇ ਮੂੰਹ, ਤਾਂ ਗੱਲ ਵੱਧ ਘੱਟ ਹੁੰਦੀ। ਪਰ ਇਹ ਨਾ ਕਹਿ ਵੀ ਤੂੰ ਸੱਚ ਨਹੀਂ, ਹਜ਼ਾਰਾਂ ਸਾਲ ਪੁਰਾਣੀਆਂ ਸਾਖੀਆਂ ਨੇ, ਕੁਝ ਵੱਧ ਘੱਟ ਹੋ ਸਕਦਾ। ਪਰ ਬਿਲਕੁਲ ਇਹ ਗੱਲ ਕਹਿਣੀ ਵੀ ਗੁਰੂ ਗ੍ਰੰਥ ਸਾਹਿਬ 'ਚ ਜਿਹੜੀ ਉਦਾਹਰਨ ਲਿਖੀ ਬਿਲਕੁਲ ਝੂਠ ਲਿਖੀ ਆ, ਮਿੱਥ ਲਿਖੀ ਆ, ਇਹ ਸਿੱਖ ਦੇ ਮੂੰਹੋਂ ਤਾਂ ਨਹੀਂ ਫੱਬ ਸਕਦਾ। ਹੋਰ ਕੋਈ ਹੋਵੇ ਤੇ ਜਿੰਨੀ ਮਰਜ਼ੀ ਵਾਰ ਕਹਿ ਲਵੇ, ਸਿੱਖ ਦੇ ਮੂੰਹ ਇਹ ਗੱਲ। ਹੁਣ ਮਹਾਰਾਜ ਨੇ ਇੱਥੇ ਸਾਖੀ ਭਰੀ ਕਥਾ ਸ਼ੁਰੂ ਕੀਤੀ ਸੀ, ਸਿੱਖੀ ਕੀ ਹੈ, ਸਿੱਖਣਾ, ਸਿੱਖਣਾ ਕਿੱਦੋਂ, ਗੁਰੂ ਦੀ ਸਾਖੀ ਤੋਂ, ਗੁਰੂ ਦੇ ਕੌਤਕ ਤੋਂ, ਗੁਰੂ ਦੀ ਗਵਾਹੀ ਤੋਂ, ਗੁਰੂ ਦੇ ਜੀਵਨ ਤੋਂ, ਗੁਰੂ ਦੇ ਵਿਚਾਰ। ਹੁਣ ਸਾਡਾ ਇੱਥੇ ਇੱਕ ਭਾਵ ਆਪਾਂ ਦਸਵੇਂ ਪਾਤਸ਼ਾਹ ਦਾ ਵੀ ਲੈ ਲਈਏ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ। ਦੇਖੋ ਦੋ ਵਿਚਾਰਧਾਰਾ ਨੇ, ਇੱਕ ਹੈ ਤਰਕ ਤੇ ਇੱਕ ਹੈ ਸ਼ਰਧਾ, ਜਿਨ੍ਹਾਂ ਦਾ ਅੱਜ ਕੱਲ੍ਹ ਚੰਗਾ ਆਪਸ ਵਿੱਚ ਗੁੱਥਮ ਗੁੱਥਾ ਹੋ ਰਿਹਾ ਸਟੇਜਾਂ 'ਤੇ। ਕੋਈ ਵਿਦਵਾਨ ਆਉਂਦਾ ਤੇ ਉਹ ਸ਼ਰਧਾ ਨੂੰ ਢਾ ਕੇ ਉਹ ਘਸੋਣਾ ਫੇਰਦਾ ਵਾ ਨਾ ਫੜ ਕੇ, ਮੈਂ ਨਾ ਜਾਨ ਹੀ ਕੱਢ ਛੱਡਦਾ ਵਾ ਇੱਥੋਂ ਤੱਕ, ਅੰਨੇ ਨਾ ਹੋਣ, ਅੰਧ ਵਿਸ਼ਵਾਸ ਨਾ ਹੋਣ। ਸ਼ਰਧਾ ਲੂ ਦਾ ਨਾਂ ਸ਼ਰਧਾ ਉੱਲੂ ਵੀ ਕਰੀ ਜਾਂਦਾ। ਦੂਸਰਾ ਵਿਦਵਾਨ ਚੜ੍ਹਦਾ ਉਹ ਤਰਕ ਦੀ, ਉਹ ਹੁਣ ਮੈਂ ਕਹੀ ਇਹੋ ਜਿਹੀ ਗੱਲ ਕਰਾਂ, ਜਾਨ ਕੱਢਦਾ ਵਾ ਮੈਂ ਨਾ, ਲੱਤ ਬਾਂਹ ਭੰਨ ਕੇ ਐਂ ਫੁੱਟਬਾਲ ਹੀ ਬਣਾ ਕੇ ਰੇੜ ਦਿੰਦਾ ਪੜ ਕੇ। ਦੋ ਤਰ੍ਹਾਂ ਦੀ ਵਿਚਾਰਧਾਰਾ, ਪਹਿਲਾਂ ਮੈਂ ਦਸਵੇਂ ਪਾਤਸ਼ਾਹ ਦਾ ਥੋੜ੍ਹਾ ਜਿਹਾ ਜ਼ਿਕਰ ਕਰਾਂ। ਸਿੱਖਿਆ ਲੈਣੀ ਕਿੱਥੋਂ ਹੈ, ਗੁਰੂ ਤੋਂ। ਗੁਰੂ ਸਾਡਾ ਸਾਖੀ ਆ, ਗੁਰੂ ਹੀ ਸਾਡਾ ਸਿੱਖਿਆਦਾਇਕ ਹੈ, ਗੁਰੂ ਹੀ ਸਾਡਾ ਗਵਾਹ ਆ, ਕੁਝ ਕਹਿ ਲਓ ਸਾਖੀ ਦੇ ਕੁਝ ਅਰਥ ਕਰ। ਹੁਣ ਧੰਨ ਗੁਰੂ ਗੋਬਿੰਦ ਸਿੰਘ ਵਰਗਾ ਸਿੱਖਿਆ ਦੇਣ ਵਾਲਾ ਦੁਨੀਆਂ 'ਚ ਪੈਦਾ ਨਹੀਂ ਹੋਈ ਹੋਈ,
ਕਿੱਡਾ ਪਵਿੱਤਰ ਜੀਵਨ ਸੀ ਮਹਾਰਾਜ ਦਾ, ਹਰ ਸ਼ਬਦ ਦੇ ਵਿੱਚ ਕਿੱਡੀ ਡੂੰਘੀ ਫਲਸਫੀ। ਦੁਨੀਆ ਦੇ ਸਭ ਤੋਂ ਪਹਿਲੇ ਰਹਿਬਰ ਨੇ ਜਿਨ੍ਹਾਂ ਨੇ ਆਪਣੀ ਆਤਮ ਕਥਾ ਆਪ ਬਿਆਨ ਕੀਤੀ। ਦੁਨੀਆ ਦੇ ਸਭ ਤੋਂ ਪਹਿਲੇ ਰਹਿਬਰ ਨੇ ਜਿਨ੍ਹਾਂ ਆਪਣੀ ਆਤਮ ਕਥਾ ਦਾ ਕੁਝ ਹਿੱਸਾ ਆਪ ਵੀ ਲਿਖਿਆ। ਦੁਨੀਆ ਦੇ ਸਭ ਤੋਂ ਪਹਿਲੇ ਰਹਿਬਰ ਨੇ ਜਿਨ੍ਹਾਂ ਆਪਣੀ ਜ਼ਿੰਦਗੀ ਲਿਖਣ ਲੱਗਿਆ ਜਨਮ ਦੀ ਡੇਟ ਤੋਂ ਨਹੀਂ ਸ਼ੁਰੂ ਕੀਤਾ ਵੀ ਫਲਾਣੇ ਦਿਨ ਫਲਾਣੇ ਟਾਈਮ ਮੈਂ ਆਇਆ ਸੀ, ਪਿਛਲੀ ਜ਼ਿੰਦਗੀ ਤੋਂ ਸ਼ੁਰੂ ਕੀਤਾ। ਹੈ ਕੋਈ ਏਦਾਂ ਦਾ ਲਿਖਾਰੀ? ਲਿਖੋ ਆਪਣਾ ਪਿਛਲਾ ਜੀਵਨ ਕੀ ਲਿਖਦੇ ਹੈ। ਸਾਨੂੰ ਤੇ ਇੰਨੀ ਕੁ ਜ਼ਿੰਦਗੀ ਨਹੀਂ ਦੀ ਆ। ਬਾਣੀ ਕਹਿੰਦੀ ਤੈਨੂੰ ਕੁਝ ਨਹੀਂ ਦੀਦਾ, ਬਾਣੀ ਦੀ ਨਿਗਾਹ ਨਾਲ ਦੇਖੇ ਤੇ ਮਹਾਰਾਜ ਕਹਿੰਦੇ ਕਈ ਜਨਮ ਭਏ ਕੀਟ ਪਤੰਗ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਮਰੀਆ, ਚਿਰਮ ਕਾਲ ਇਹ ਦੇਸ਼। ਰੋਜ਼ ਰਹਿਰਾਜ ਸਾਹਿਬ ਵਿੱਚ ਪੜ੍ਹਦੇ ਹਾਂ ਪਰ ਕਿੱਥੇ ਸਾਨੂੰ ਮੱਤ ਆਉਂਦੀ। ਮਹਾਰਾਜ ਕਹਿੰਦੇ ਭਈ ਪ੍ਰਾਪਤ ਮਾਨੁਖ ਦੇ ਹਰੀਆ ਗੋਬਿੰਦ ਮਿਲਣ ਕੀ। ਹੈ ਕੋਈ ਅਸਰ ਅਗਲੀ ਪੰਕਤੀ ਦਾ? ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਾਜ ਕੇਵਲ। ਪਹਿਲੇ ਰਹਿਬਰ ਏਦਾਂ ਦੇ ਨੇ ਜਿਨ੍ਹਾਂ ਦੀ ਨਿਗਾਹ ਬੜੀ ਲੰਬੀ, ਜੇ ਪਛਾਣ ਨੂੰ ਵੇਖਣ ਲੱਗੇ ਤੇ ਪਤਾ ਨਹੀਂ ਕਿੱਥੇ ਸੁਰਤ ਚਲੇ ਗਈ। ਹੇਮ ਕੁੰਟ ਪਰਬਤ ਹੈ। ਤੇ ਜੇ ਅਗਾਂਹ ਨੂੰ ਵੇਖਣ ਲੱਗੇ, ਅੱਗੇ ਦੇਖਣ ਲੱਗੇ ਤੇ ਭਾਈ ਡੱਲੇ ਨੂੰ ਕਹਿਣ ਲੱਗੇ, ਡੱਲਿਆ ਵੇਖ ਖੇਤੀਆਂ ਮਾਲਵੇ ਦੇ ਮਾਰੂ ਥਲਾਂ ਚ, ਜਿੱਥੇ ਰੇਤ ਤੋਂ ਬਿਨਾਂ, ਕੰਡਿਆਂ ਤੋਂ ਬਿਨਾਂ, ਝਾੜਾਂ ਤੋਂ ਬਿਨਾਂ ਕੱਖ ਨਹੀਂ ਹੈਗਾ। ਜਿੱਥੇ ਡੱਲਿਆ ਦੇਖ ਬਾਗ ਲੱਗੇ, ਡੱਲਾ ਵੀ ਚੰਗਾ ਸਿੱਖ ਸੀ ਪਰ ਫੇਰ ਵੀ ਉਹਨੇ ਜੋ ਦੇਖਦਾ ਉਹ ਦੱਸਿਆ। ਸਾਡੇ ਵਰਗਾ ਹੁੰਦਾ ਤੇ ਉਹੀ ਭਾਵੇਂ ਝੂਠ ਮਾਰਦਾ, ਆਹ ਹਾ ਮਹਾਰਾਜ ਇੱਥੇ ਤੇ ਚੰਦਨ ਲੱਗੀ ਹੈ। ਉਹਨੇ ਸਿੱਧੀ ਜੀ ਗੱਲ ਹੀ ਕਰ ਦਿੱਤੀ, ਗਰੀਬ ਨਮਾਜ ਰੇਤਾ ਤੋਂ ਬਿਨਾਂ ਮੈਨੂੰ ਨਹੀਂ ਕੱਖ ਦੇਖਦਾ। ਸਿੱਧੀ ਗੱਲ ਵੀ ਜੋ ਤੈਨੂੰ ਦੇਖਦਾ ਉਹ ਮੈਨੂੰ ਨਹੀਂ ਦੇਖਦਾ, ਤੇ ਗੱਲ ਠੀਕ ਹੈ। ਜੋ ਗੁਰੂ ਨੂੰ ਦੇਖਦਾ ਉਹ ਸਾਨੂੰ ਨਹੀਂ ਦੇਖਦਾ, ਤੇ ਜਦੋਂ ਸਾਨੂੰ ਦੇਖਦਾ ਹੀ ਨਹੀਂ ਗੁਰੂ ਦੇ ਬਰਾਬਰ, ਤੇ ਫਿਰ ਅਸੀਂ ਕਿਹੜੇ ਮੂੰਹ ਨਾਲ ਕਹਿ ਦਿੰਦੇ ਵੀ ਜੰਮਣ ਮਰਨ ਨਹੀਂ ਹੁੰਦਾ? ਜਦੋਂ ਬਾਣੀ ਕਹਿੰਦੀ ਕਈ ਜਨਮ ਭਏ ਕੀਟ ਪਤੰਗ, ਕਿਹੜੇ ਮੂੰਹ ਨਾਲ ਕਹਿ ਦਿੰਦੇ? ਉਹਨੇ ਸਿੱਧੀ ਗੱਲ ਕਹੀ। ਚਲੋ ਦੂਜੀ ਵਾਰੀ ਮਹਾਰਾਜ ਨੇ ਆਖਿਆ, ਫਿਰ ਉਹਨੂੰ ਮੰਨਣਾ ਚਾਹੀਦਾ ਸੀ, ਹੁਕਮ ਸੀ, ਪਰ ਫਿਰ ਸਰਦਾਰੀ ਦੇ ਨਸ਼ੇ ਵਿੱਚ ਨਹੀਂ ਕਿਹਾ, ਰਾਜ ਭਾਗ ਦੇ ਨਸ਼ੇ 'ਚ ਤੀਜੀ ਵਾਰੀ ਵੀ ਕਹਿ ਨਹੀਂ। ਮਹਾਰਾਜ ਕਹਿੰਦੇ ਤਿੰਨ ਸਦੀਆਂ ਗੁਜ਼ਰਨ ਗਈਆਂ ਇੱਥੇ ਸਭ ਕੁਝ। ਜੇ ਦੂਜਾ ਵਚਨ ਮੰਨਦਾ ਤੇ ਦੋ ਸਦੀਆਂ ਬਾਅਦ ਹੀ ਇੱਥੇ ਸਭ ਕੁਝ ਪੈਦਾ ਹੁੰਦਾ। ਪਹਿਲਾਂ ਮੰਨ ਲੈਂਦਾ ਤੇ ਹੁਣੇ ਹੀ ਹੁੰਦਾ, ਕੁਝ ਚਿਰ ਹੀ ਹੁੰਦਾ। ਅੱਜ ਤੁਸੀਂ ਮਾਲਵੇ 'ਚ ਜਾ ਕੇ ਦੇਖ ਲਓ ਕਿੰਨੀ ਪੈਦਾਇਸ਼ ਧਰਤੀ ਕਰਦੀ ਪਈ, ਕਿੰਨੀ ਫਸਲ ਪੈਦਾ ਹੁੰਦੀ ਆ, ਬਾਗ ਲੱਗੇ ਆ, ਸਭ ਕੁਝ ਪੈਦਾ ਹੁੰਦਾ।
ਜਦੋਂ ਮੇਰੇ ਮਾਲਕ ਨੂੰ ਵੇਖਣ ਤੇ ਆਇਆ ਜੇ ਪਛਾਣ ਨਿਗਾਹ ਮਾਰੀ ਤੇ ਕਿੱਥੇ ਚਲੇ ਗਿਆ ਤੂੰ ਹੇਮ ਯੁੱਗ ਦੇ ਵਿੱਚ ਤੇ ਜਦੋਂ ਗਾਂ ਵੇਖਣ ਤੇ ਆਇਆ ਮੈਂ ਉਦੋਂ ਤੂੰ ਕਿੱਥੇ ਚਲੇ ਗਿਆ ਅੱਜ 300 ਸਾਲ ਬਾਅਦ ਉੱਥੇ ਕੁਝ ਹੋਣ ਲੱਗਾ ਤੈਨੂੰ ਉਦੋਂ ਦੇਖਦਾ ਪਿਆ ਕਿੱਥੋਂ ਰੀਸ ਕਰਾਂਗੇ ਆਪਾਂ ਧੰਨ ਗੁਰੂ ਗੋਬਿੰਦ ਸਿੰਘ ਮਾਂ ਗਰੀਬ ਨਵਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਕਥਾ ਦਾ ਨਾਂ ਪਤਾ ਕੀ ਰੱਖਿਆ ਜ਼ਿੰਦਗੀ ਆਪਣੀ ਲਿਖੀ ਪਰ ਉਸ ਕਥਾ ਦਾ ਨਾਂ ਰੱਖਿਆ ਬਚਿੱਤਰ ਨਾਟਕ ਸਾਰੀ ਦੁਨੀਆ ਹੀ ਵਿੱਚ ਸ਼ਾਮਿਲ ਕਰ ਲਈ ਬਚਿੱਤਰ ਮੈਨੇ ਅਸਚਰਜ 9 ਸਾਲ ਦਾ ਹੋਵੇ ਤੇ ਪਿਤਾ ਨੂੰ ਕਹਵੇ ਬਾਪੂ ਜਾ ਸਿਰ ਦੇ ਜਾ ਤੇ ਬਾਪੂ ਵੀ ਕਿੱਦਾਂ ਦਾ ਹੋਵੇ ਜਿਹਦਾ 2 ਜਗ੍ਹਾ ਸਤਿਕਾਰ ਹੋਵੇ ਸੀਸ ਦਾ ਆਨੰਦਪੁਰ ਸਾਹਿਬ ਧੜਦਾ ਦਿੱਲੀ ਬਾਪੂ ਵੀ ਕਿੱਦਾਂ ਦਾ ਜਿਹਦੀ ਹਰ ਚੀਜ਼ ਹੀ 2 ਹੋ ਗਈ ਬੱਚਿਆਂ ਦੇ ਵੀ ਜੋੜੇ ਹੋ ਗਏ 2 ਕਿਤੇ ਸ਼ਹੀਦ ਹੋ ਗਏ ਆ ਪੋਤਰੇ ਤੇ 2 ਕਿਤੇ ਹੋ ਗਏ ਮਾਤਾਵਾਂ ਵੀ ਕਿਤੇ ਚਲੇ ਗਈਆਂ ਨੇ ਰਾਜ ਭਾਗ ਵੀ ਸਭ ਖਤਮ ਹੋ ਗਿਆ ਵਾ ਇਸ ਕਰਕੇ ਉਹਨਾਂ ਦੀ ਜ਼ਿੰਦਗੀ ਨੂੰ ਇੱਕ ਨਾਮ ਦਿੱਤਾ ਉਹਨਾਂ ਨੇ ਆਪ ਹੀ ਮੈਂ ਫਿਰ ਤੁਹਾਨੂੰ ਕਹਾਂ ਨਾਂ ਟਾਈਟਲ ਦੇਣਾ ਬੜਾ ਔਖਾ ਹੁੰਦਾ ਵਾ ਅੱਜ ਕੱਲ੍ਹ ਵਾਂਗ ਨਹੀਂ ਵੀ ਜੋ ਮਨ ਚ ਆਇਆ ਰੱਖ ਲਿਆ ਕਰ ਪਰ ਸਾਡੇ ਤੇ ਹੁਣ ਬਾਹਰ ਜਾਣ ਦਾ ਸ਼ੌਂਕ ਹੀ ਇੰਨਾ ਚੜਿਆ ਵਾ ਗੁੱਸਾ ਨਾ ਕਰਿਓ ਮੈਂ ਵੀ ਤੁਹਾਡੇ ਕੋਲੇ ਬੈਠਾ ਤੁਸੀਂ ਮੇਰੇ ਕੋਲੇ ਮੁੰਡੇ ਦਾ ਨਾਂ ਹੀ ਜਰਮਨ ਸਿੰਘ ਰੱਖ ਦਿੱਤੇ ਵੀ ਚੱਲ ਬਾਹਰ ਹੀ ਚੱਲ ਜੂਗਾ ਜਰਮਨ ਦੇ ਵਿੱਚ ਇੱਦਾਂ ਹੀ ਆ ਜਿਹਨੂੰ ਥੋੜ੍ਹੀ ਜਿਹੀ ਅੰਗਰੇਜ਼ੀ ਦਾ ਭੁੱਸ ਪਿਆ ਉਹਨੇ ਫਲਾਵਰ ਸਿੰਘ ਰੱਖਿਆ ਗੁਲਾਬ ਦੀ ਜਗ੍ਹਾ ਥੋੜ੍ਹਾ ਜਿਹਾ ਪੜ੍ਹ ਗਿਆ 2 ਕਲਾਸਾਂ ਗਿਆ ਹੋਊਗਾ ਬਾਅਦ ਚ ਨਾ ਕੱਢ ਕੇ ਬਾਹਰ ਮਾਰਿਆ ਹੋਣਾ ਮਾਰਾ ਗਰਦੀ ਕਰਦਾ ਸਤਿਗੁਰੂ ਮਹਾਰਾਜ ਨੇ ਇੱਕ ਨਾਮ ਦਿੱਤਾ ਵਾ ਗੁਰੂ ਗ੍ਰੰਥ ਸਾਹਿਬ ਦੀ ਫਿਲੋਸਫੀ ਮੁਤਾਬਕ ਬਚਿੱਤਰ ਕਹਿੰਦੇ ਅਸਚਰਜ ਜਿੱਥੋਂ ਤੇਰੇ ਮੂੰਹ ਚੋਂ ਸ਼ਬਦ ਨਿਕਲੇ ਵੇਖ ਕੇ ਵਾਹ ਤੇਰੇ ਮੂੰਹ ਚੋਂ ਨਿਕਲੇ ਵਾਹ ਬਈ ਏਦਾਂ ਦਾ ਹੈ ਹੀ ਕੋਈ ਦੁਨੀਆ ਸਾਰੀ ਹੀ ਬਚਿੱਤਰ ਹੈ ਕਿ ਨਹੀਂ ਕਿਸੇ ਦੀ ਸੁਰ ਕਿਸੇ ਨਾਲ ਨਹੀਂ ਇੱਥੇ ਰਲਦੀ ਦੁਨੀਆਂ ਦੇ ਵਿੱਚ ਇੱਕ ਬਚਿੱਤਰ ਹੀ ਨਾਟਕ ਚੱਲਦਾ ਰਹਿੰਦਾ ਜੇ ਕੋਈ ਜੰਮਦਾ ਹੈ ਤੇ ਦੂਸਰੇ ਬੰਨੇ ਮਰੀ ਜਾਂਦਾ ਹੈਰਾਨ ਕਰਨ ਵਾਲੀ ਘਟਨਾ ਇੱਥੇ ਹੁੰਦੀ ਹੈ ਕਿਤੇ ਖੁਸ਼ੀਆਂ ਨੇ ਕਿਤੇ ਗਮੀਆਂ ਨੇ ਇੱਕੇ ਪਿੰਡ 'ਚ ਵਾਜੇ ਵੱਜਦੇ ਪਏ ਨੇ ਦੂਜੇ ਬੰਨੇ ਧਾਹਾਂ ਨਿਕਲਦੀਆਂ ਪਈਆਂ ਕਿਤੇ ਨਫਾ ਚੱਲਦਾ ਪਿਆ ਹੈ ਤੇ ਕਿਤੇ ਨੁਕਸਾਨ ਹੋਈ ਜਾਂਦਾ ਕਿਤੇ ਸਰਦੀ ਆ ਕਿਤੇ ਗਰਮੀ ਆ ਹਰ ਚੀਜ਼ ਹੀ ਸੰਸਾਰ ਦੀ ਕਿੱਦਾਂ ਦਾ ਨਾਂ ਮੇਰੇ ਮਾਲਕ ਨੇ ਚੁਣਿਆ ਬਚਿੱਤਰ ਹਰ ਚੀਜ਼ ਹੀ ਅਸਚਰਜ ਕਰ ਦੂੰਗੀ ਮੈਂ ਸਮਾਜ 'ਚ ਲੈ ਜੂੰਗੀ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਦੁਨੀਆਂ ਇੱਕ ਨਾਟਕ ਕਿਉਂ ਹਰ ਗੱਲ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ ਸੰਸਾਰ ਦੀ ਸੰਸਾਰ ਇੱਕ ਨਾਟਕ ਆ ਹਰਖ ਸੋਗ ਬੈਰਾਗ ਆਨੰਦੀ ਖੇਲ ਰੀ ਦਿਖਾਇਓ ਦੁਨੀਆਂ ਵਿੱਚ ਮਹਾਰਾਜ ਕਹਿੰਦੇ 3 ਚੀਜ਼ਾਂ ਚੱਲਦੀਆਂ ਰਹਿੰਦੀਆਂ ਹਰਖ ਖੁਸ਼ੀ
ਸੋਗ ਟ੍ਰੈਜਡੀ ਕਹਿ ਲਓ ਅਤੇ ਵੈਰਾਗ ਸੈਪਰੇਸ਼ਨ ਦਾ ਭਾਵ ਕਹਿ ਲਓ, ਸੰਸਾਰ ਛੱਡਣ ਦਾ ਭਾਵ ਕਹਿ ਲਓ। ਤਿੰਨ ਚੀਜ਼ਾਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਦੁਨੀਆਂ 'ਚ ਚੱਲਦੀਆਂ ਨੇ, ਅਤੇ ਭਗਤ ਨਾਮਦੇਵ ਜੀ ਨੂੰ ਕਹਿੰਦੇ ਤੀਨ ਛੰਦੇ ਖੇਲ ਆਸ਼ਰਿਤ। ਦੁਨੀਆਂ ਸੱਜਣਾ ਤਿੰਨ ਚੀਜ਼ਾਂ ਦੀ ਖੇਡ ਆ, ਤਮੋ ਗੁਣ ਦੀ, ਰਜੋ ਗੁਣ ਦੀ ਅਤੇ ਸਤੋ ਗੁਣ ਦੀ। ਧਰਮ ਵੀ ਤਿੰਨ ਚੀਜ਼ਾਂ ਦੀ ਬਸ ਖੇਡ ਆ, ਕਰਮ ਉਪਾਸਨਾ ਅਤੇ ਗਿਆਨ ਤਿੰਨ ਹੀ ਚੀਜ਼ਾਂ। ਅਤੇ ਮਹਾਰਾਜ ਕਹਿੰਦੇ ਲੋਕਾਂ 'ਚ ਵੀ ਤਿੰਨ ਹੀ ਚੱਲਦੀਆਂ ਪਈਆਂ ਨੇ, ਹਰਖ ਸੋਗ ਅਤੇ ਵੈਰਾਗ ਤਿੰਨ ਹੀ ਰਹਿੰਦੀਆਂ ਨੇ 24 ਘੰਟੇ। ਕਦੀ ਕੋਈ ਆ ਜਾਂਦੀ, ਕਦੀ ਕੋਈ ਆ ਜਾਂਦੀ, ਬਸ ਇਹ ਤਿੰਨ ਹੀ ਚੱਲਣੀਆਂ ਨੇ ਸਾਰੀ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇੱਕ ਸਿਫਤ ਆ, ਜਦ ਉਹਨਾਂ ਦੇ ਉੱਪਰ ਅਖੀਰਲੇ ਸਮੇਂ ਜਮਸ਼ੇਦ ਖਾਂ ਨੇ ਵਾਰ ਕੀਤਾ ਆਪਣੇ ਤੰਬੂ ਦੇ ਵਿੱਚ, ਲੰਮੇ ਪਏ ਸੀ ਵੱਖੀ ਦੇ ਵਿੱਚ, ਸ਼ਸਤਰ ਦਾ ਵਾਰ ਹੁੰਦਾ ਹੈ ਅਤੇ ਵੱਖੀ ਚਾਕ ਕਰ ਦਿੱਤੀ ਜਾਂਦੀ, ਲਹੂ ਦੇ ਫੁਹਾਰੇ ਛੁੱਟੇ, ਦਵਾ ਦਵ ਸੰਭਲ ਕੇ ਸੁੱਤਿਆਂ ਪਿਆਂ ਦੇ ਵਾਰ ਹੋਇਆ, ਦਵਾ ਦਵ ਸੰਭਲ ਕੇ ਜਿਹੜਾ ਦੂਜਾ ਸ਼ਸਤਰ ਰੱਖਿਆ ਸੀ ਉਹਦੇ ਨਾਲ ਉਹਦੇ 'ਤੇ ਵਾਰ ਕਰ ਦਿੱਤਾ, ਏਡੇ ਸੂਰਮੇ ਸੀ। ਕਮਰ ਕੱਸਾ ਘੁੱਟ ਕੇ ਬੰਨਿਆ ਜਿੱਥੋਂ ਲਹੂ ਵਗਦਾ ਪਿਆ ਸੀ, ਅਤੇ ਉਹ ਜਿਹੜਾ ਜਮਸ਼ੇਦ ਖਾਂ ਜਿਹਨੇ ਵੱਖੀ ਪਾੜੀ ਮਹਾਰਾਜ ਦੀ, ਕਿਉਂ ਇੱਕ ਮੰਗ ਮੰਗਦੇ ਸੀ ਹਰ ਰੋਜ਼, ਅੱਤ ਹੀ ਰਣ ਮੈਂ ਤਬ ਜੂਝ ਮਰੂ, ਜੇ ਮਰਦਾ ਤੇ ਹਥਿਆਰ ਨਾ ਮਰਦਾ, ਮੰਜੇ 'ਤੇ ਬਹਿ ਕੇ ਨਹੀਂ ਮੈਂ ਮਰਦਾ। ਸੂਰਮੇ ਨੇ, ਬਹਾਦਰ ਨੇ, ਸੈਨਾਪਤੀ ਨੇ, ਕੀ ਕਮਲ ਸਾਰੇ ਗੁਣ ਉਹਨਾਂ 'ਚ ਭਰੇ। ਹੁਣ ਦਸਵੇਂ ਪਾਤਸ਼ਾਹ ਦਬਾ ਦਬ ਕਮਰ ਕੱਸਾ ਕਰਕੇ ਸਾਵਧਾਨ ਹੋਏ, ਸਾਂਭਿਆ ਆਪਣੇ ਆਪ ਨੂੰ, ਦੂਸਰਾ ਸਾਥੀ ਸਿੰਘਾਂ ਨੇ ਝਟਕਾਤਾ ਭਜਦਾ ਜਾਂਦਾ, ਉਹਨਾਂ ਥਾਂ ਰੱਖ ਲਿਆ। ਉਹ ਜਿਹੜਾ ਤੜਫਦਾ ਪਿਆ ਵਾ, ਤੁਹਾਡੀ ਵੱਖੀ 'ਚ ਕੋਈ ਸੁੱਤੇ ਪਿਆ ਕੁਝ ਮਾਰੇ, ਮੰਨ ਲਓ ਤੁਹਾਨੂੰ ਖਤਮ ਕਰੇ, ਅਤੇ ਤੁਸੀਂ ਬਚ ਜਾਓ, ਅਤੇ ਤੁਸੀਂ ਉਹਦਾ ਕੀ ਅਸਰ ਕਰੋਗੇ ਮੈਨੂੰ ਦੱਸੋ। ਠੀਕ ਆ, ਸੂਰਮੇ ਦਾ ਕਰਮ ਸੀ, ਉਹਨੇ ਵਾਰ ਕੀਤਾ, ਦਸਵੇਂ ਪਾਤਸ਼ਾਹ ਸੂਰਮੇ ਆ, ਉਹ ਤੇ ਬੁੱਝਦੇ ਲਾ ਸੁੱਤੇ ਪਏ ਤੇ ਵਾਰ ਕਰ ਗਿਆ, ਮਹਾਰਾਜ ਨੇ ਬੋੜਵਾਂ ਵਾਰ ਦੇ ਦਿੱਤਾ ਅਤੇ ਉਹ ਤੜਫਦਾ ਪਿਆ ਧਰਤੀ 'ਤੇ, ਅਤੇ ਉਹਦੇ ਮੂੰਹ ਨਿਕਲੇ ਹਾਏ ਅੰਮਾ, ਹਾਏ ਅੰਮਾ, ਮਾਂ ਏਡੀ ਪਿਆਰੀ ਹੁੰਦੀ। ਦਸਵੇਂ ਪਾਤਸ਼ਾਹ ਵੇਖੋ ਹੁਣ ਗੁਰੂ ਦਾ ਫਰਜ਼, ਪਹਿਲਾਂ ਸੂਰਮੇ ਦਾ, ਉਹਨੇ ਵਾਰ ਕੀਤਾ ਮਹਾਰਾਜ ਨੇ ਕਰਕੇ ਲੰਮੇ ਪਾ, ਹੁਣ ਦੇਖੋ ਗੁਰੂ ਦਾ ਫਰਜ਼। ਉਹਨੂੰ ਕਹਿੰਦੇ ਹਾਏ ਅੰਮਾ ਨਾ ਕਹਿ, ਮਾਰਨ ਵਾਲੇ ਨੂੰ ਸਲਾਹ ਦੇ ਰਹੇ ਜਿਹੜਾ ਤੈਨੂੰ ਮਾਰਦਾ ਆ। ਬਾਣੀ ਕਹਿੰਦੀ ਤੂੰ ਸੰਤ ਨਹੀਂ ਬਣ ਸਕਦਾ, ਜੇ ਪੁੱਛੀਏ ਕਿਉਂ, ਬਾਣੀ ਕਹਿੰਦੀ ਸੰਤ ਉਹ ਹੁੰਦਾ ਜਿਹਦੀ ਧੌਣ 'ਤੇ ਕੋਈ ਤਲਵਾਰ ਰੱਖ ਕੇ ਖਰੋਜੇ ਵੀ ਸਾਧਾ ਤੇਰੀ ਧੌਣ ਵੱਢਣੀ, ਅਤੇ ਅਗਲੇ ਬੰਨੇ ਉਹਦੇ ਅੱਗੇ ਕੋਈ ਸੇਵਾਦਾਰ ਥਾਲ ਲੈ ਕੇ 36 ਪ੍ਰਕਾਰ ਦੇ ਭੋਜਨ ਰੱਖੇ,
ਨਾ ਤੇ ਖਵਾਉਣ ਵਾਲੇ ਨਾਲ ਪ੍ਰੇਮ ਤੇ ਨਾ ਮਾਰਨ ਵਾਲੇ ਨਾਲ ਨਫ਼ਰਤ, ਉਹ ਸੰਤ ਮੰਨਿਆ ਜਾਂਦਾ। ਹੁਣ ਕਿੱਥੋਂ ਇਹ ਅਵਸਥਾ ਆ ਜੂ? ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੰਤ ਦੀ ਵਿਆਖਿਆ ਕਰਦੇ ਨੇ, ਭੋਜਨ ਅਨਕ ਪ੍ਰਕਾਰ ਏਣ ਨਿੰਦਕ ਆਪਦ ਹੋਏ ਉਪਤਿਸ਼ਟ ਤੇ। ਇੱਕ ਬੰਨੇ ਭੋਜਨ ਤੇ ਇੱਕ ਬੰਨੇ ਆਪਦ ਹਥਿਆਰ ਲੈ ਕੇ ਮਾਰਨ ਖੜੇ ਹੋਏ। ਇੱਕ ਸੱਜਣ ਨੂੰ ਫਾਂਸੀ ਚੜਾਉਣ ਲੱਗੇ, ਉਹਨੂੰ ਪੁੱਛਿਆ ਵੀ ਤੈਨੂੰ ਕੋਈ ਅਖੀਰ ਦੀ ਇੱਛਾ? ਕਹਿੰਦੇ ਤੂੰ ਖਾਣ ਦਾ ਬੜਾ ਸ਼ੌਕੀਨ ਸੀ, ਮਿੱਠਾ ਮੰਗਾ ਲਈਏ। ਕਹਿੰਦਾ ਮੈਨੂੰ ਤਾਂ ਨਹੀਂ ਲੱਡੂ ਨਾ ਮਿਲੇ, ਮੈਨੂੰ ਤਾਂ ਨਹੀਂ ਮਿੱਠੇ ਲੱਗੇ। ਕਹਿੰਦੇ ਤੂੰ ਗਾਉਣ ਦਾ ਬੜਾ ਸ਼ੌਕੀਨ ਸੀ, ਨਾਚ ਵੇਖਣ ਦਾ ਬੜਾ ਸ਼ੌਕੀਨ ਸੀ, ਕੁਝ ਤੈਨੂੰ ਦਿਖਾਈਏ? ਸੀਰੀਅਲ ਕੋਈ ਟੀਵੀ ਤੇ ਨੱਚਣ ਟੱਪਣ ਡਈਆਂ ਹੋਣਗੀਆਂ ਬੀਬੀਆਂ, ਤੇ ਤੂੰ ਵੇਖ ਲਾ ਬੜਾ ਗਾਣੇ ਗਾਉਂਦਾ ਰਿਹਾ। ਕਹਿੰਦਾ ਮੈਨੂੰ ਨਹੀਂ ਚੰਗੀਆਂ ਲੱਗਦੀਆਂ ਸਭ ਫਿਕਰ। ਧੰਨ ਗੁਰੂ ਗੋਬਿੰਦ ਸਿੰਘ, ਧੰਨ ਨੇ ਰੱਬ ਦੇ ਪਿਆਰੇ ਸੰਤ। ਇੱਕ ਬੰਨੇ ਸੇਵਾ ਕਰਨ ਵਾਲਾ ਖਲੋਤਾ, ਦੂਜੇ ਬੰਨੇ ਮਾਰਨ ਵਾਲਾ ਖਲੋਤਾ। ਕੋਈ ਮੋਹ ਨਹੀਂ ਤੇ ਕੋਈ ਨਫ਼ਰਤ ਨਹੀਂ, ਕਿੱਥੋਂ ਵਸਦਾ ਬਣ ਜੂ? ਉਹਨੇ ਮੱਖੀ ਪਾੜਤੀ ਆ, ਜਾਗ ਕਰਤੀ ਆ, ਤੇ ਇਹ ਕਹਿਣ ਡੇ ਆ ਤੜਫਦੇ ਨੂੰ ਵੇਖ ਕੇ, ਕਹਿੰਦੇ ਹਾਏ ਅੰਮਾ ਨਾ ਕਹਿ। ਉੱਥੇ ਬੜਾ ਸੋਹਣਾ ਲਿਖਿਆ ਹੈ, ਯਹ ਹਾਏ ਅੰਮਾ ਕਹਿਣੇ ਕਾ ਵਕਤ ਨਹੀਂ, ਅੱਲਾ ਕਹੋ ਅੱਲਾ। ਮਰਨ ਲੱਗਿਆ ਅੱਲਾ ਨੂੰ ਯਾਦ ਕਰ, ਮਾਂ ਉੱਥੇ ਕੰਮ ਨਹੀਂ ਆਉਂਦੀ, ਉਹ ਇੱਥੇ ਰਹਿ ਜਾਣੀ। ਜਨਨ ਪਿਤਾ ਲੋਕ ਸੁਧ ਬਣਤਾ, ਕੋਈ ਨਾ ਕਿਸ ਕੀ ਧਰਿਆ, ਉੱਥੇ ਕੋਈ ਕਿਸੇ ਦੀ ਧਿਰ ਨਹੀਂ ਬਣਦੇ, ਮਾਂ ਨਾ ਕਹਿ ਅੱਲਾ ਕਹਿ ਉੱਥੇ। ਹੁਣ ਦੇਖੋ ਉਹ ਮਾਰਦਾ ਪਿਆ, ਮਾਰ ਵੀ ਗਿਆ ਇੱਕ ਹਿਸਾਬ ਨਾਲ, ਉਹਨੂੰ ਵੀ ਗੁਰੂ ਵਾਲਾ ਫਰਜ਼ ਕੀਤਾ। ਪਹਿਲਾਂ ਸੂਰਮੇ ਵਾਲਾ ਫਰਜ਼ ਮੋੜਵਾ ਮਾਰ ਬੱਚਾ, ਉਹ ਮਰਦਾ ਪਿਆ, ਹੁਣ ਗੁਰੂ ਵਾਲਾ ਫਰਜ਼ ਬਹਿ ਕੇ ਕਹਿੰਦੇ ਰੱਬ ਨੂੰ ਯਾਦ ਕਰ, ਅੱਲਾ ਨੂੰ ਯਾਦ ਕਰ। ਬਾਣੀ ਕਹਿੰਦੀ ਜਿੱਡਾ ਗੁਰੂ ਨਿਰਵੈਰ ਆ ਨਾ, ਏਡਾ ਕੋਈ ਨਿਰਵੈਰ ਨਹੀਂ ਹੋ ਸਕਦਾ। ਸਤਿਗੁਰ ਸਭਨਾ ਦਾ ਭਲਾ ਮਨਾਏ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਇਹਨਾਂ ਦੀ ਬਾਣੀ ਦੇ ਵਿੱਚੋਂ ਸਾਨੂੰ ਦੋ ਤਰੀਕੇ ਪਤਾ ਲੱਗਣਗੇ ਵੀ ਤਰਕ ਕਿੱਦਾਂ ਕਰਨੀ ਆ ਤੇ ਸ਼ਰਧਾ ਕਿੱਦਾਂ ਰੱਖਣੀ। ਨਾ ਤੇ ਅੱਖਾਂ ਬੀਜ ਕੇ ਤਰਕ ਹੀ ਕਰੋ ਧਰਮ ਤੇ, ਤੇ ਨਾ ਅੱਖਾਂ ਬੀਜ ਕੇ ਯਕੀਨ ਹੀ ਕਰਨਾ ਚਾਹੀਦਾ। ਦੋਵੇਂ ਗੱਲਾਂ ਸ਼ੁਰੂ ਕਰਨ ਲੱਗਾ ਵਾ। ਜਿਹੜਾ ਵਿਗਿਆਨੀ ਬੰਦਾ ਹੋਣਾ ਨਾ, ਵਿਗਿਆਨੀ ਇਹ ਜੇ ਕੋਈ ਗੱਲ ਕਵੇ ਨਾ ਵੀ ਰੱਬ ਹੈ ਨਹੀਂ, ਪਰਮਾਤਮਾ ਨਹੀਂ, ਮੈਂ ਸਿੱਧ ਕਰ ਦੂੰਗਾ, ਤਾਂ ਇਹ ਵਿਗਿਆਨੀ ਨਹੀਂ। ਤੁਸੀਂ ਪੁੱਛੋਗੇ ਕਿਵੇਂ? ਕਿਉਂ ਜਿਹੜਾ ਸਾਇੰਟਿਸਟ ਆ, ਵਿਗਿਆਨੀ ਆ, ਉਹ ਪਹਿਲਾਂ ਨਹੀਂ ਮੰਨਦਾ ਹੁੰਦਾ ਕੁਝ ਵੀ ਆਹ ਚੀਜ਼ ਹੈ ਨਹੀਂ ਤੇ ਆਹ ਚੀਜ਼ ਹੈ, ਉਹ ਪਹਿਲਾਂ ਖੋਜ ਕਰਦਾ ਤੇ ਖੋਜ ਕਰਕੇ ਫਿਰ ਉਹ ਕਿਸੇ ਨਤੀਜੇ ਤੇ ਪਹੁੰਚਦਾ ਵੀ ਮੇਰੀ ਖੋਜ ਮੁਤਾਬਕ ਆਹ ਚੀਜ਼ ਹੈ ਤੇ ਆਹ ਚੀਜ਼ ਨਹੀਂ। ਤੇ ਜਿਹੜਾ ਪਹਿਲਾਂ ਹੀ ਕਹੀ ਜਾਂਦਾ ਰੱਬ ਨਹੀਂ ਹੈ, ਉਹ ਤੇ ਪਹਿਲਾਂ ਹੀ ਮੰਨੀ ਬੈਠਾ ਤੇ ਤੂੰ ਸਿੱਧ ਕੀ ਕਰੇਗਾ ਸਵਾ? ਉਹਨੂੰ ਵਿਗਿਆਨੀ ਨਹੀਂ ਮੰਨਿਆ ਜਾਂਦਾ ਜਿਹੜਾ ਪਹਿਲਾਂ ਹੀ ਕਹਿ ਦੇ ਵੀ ਰੱਬ ਨਹੀਂ, ਪੁਨਰ ਜਨਮ ਨਹੀਂ, ਆਵਾਗਮਨ ਨਹੀਂ,
ਕਿਉਂ ਸਿੱਧ ਕਰਨ ਤੋਂ ਪਹਿਲਾਂ ਹੀ ਮੰਨੀ ਬੈਠਾ ਨਹੀਂ। ਵਿਗਿਆਨੀ ਕਿਹੜਾ ਜਿਹੜਾ ਸਿਰਫ ਖੋਜ ਕਰੇ, ਪੱਖਪਾਤ ਨਾ ਲਵੇ। ਜੇ ਪੱਖਪਾਤ ਲਵੇ ਤੇ ਵਿਗਿਆਨੀ ਨਹੀਂ। ਹੁਣ ਜੇ ਕੋਈ ਸਾਨੂੰ ਕਵੇ ਆਣ ਕੇ ਵੀ ਰੱਬ ਨਹੀਂ ਹੈ, ਜੇ ਕੋਈ ਚੀਜ਼ ਸਿੱਧ ਕਰਦੀ ਵੀ ਫਲਾਨੀ ਚੀਜ਼ ਹੈ ਫਲਾਨੀ ਚੀਜ਼ ਨਹੀਂ ਹੈ, ਤਾਂ ਉਹ ਕਿੱਥੇ ਜਾ ਕੇ ਟੈਸਟ ਹੋਵੇਗੀ? ਲੈਬ ਦੇ ਵਿੱਚ ਉਹਦਾ ਤਰੀਕਾ ਹੋਵੇਗਾ। ਇਸੇ ਤਰ੍ਹਾਂ ਜੇ ਤੂੰ ਕਵੇਂ ਰੱਬ ਨਹੀਂ ਹੈ, ਤੇ ਫਿਰ ਇੱਥੇ ਮੈਂ ਇੱਕ ਪ੍ਰਸ਼ਨ ਕਰੂੰਗਾ, ਤੂੰ ਗੁਰਦੁਆਰੇ ਗਿਆ ਸੀ? ਕਿਉਂ ਰੱਬ ਦੀ ਲੈਬ ਤੇ ਧਾਰਮਿਕ ਸਥਾਨ ਆ, ਤੂੰ ਗੁਰਦੁਆਰੇ ਗਿਆ ਸੀ? ਕਵੇ ਜੀ ਨਹੀਂ। ਤੂੰ ਉੱਥੋਂ ਦਾ ਤਰੀਕਾ ਬਣਾਇਆ ਸੀ, ਅੰਮ੍ਰਿਤ ਛਕਿਆ ਸੀ? ਅੰਮ੍ਰਿਤ ਛਕਣਾ ਵੀ ਕਾਫੀ ਨਹੀਂ ਆ, ਫਿਰ ਸਵੇਰੇ ਉੱਠ ਕੇ ਤੂੰ ਅਭਿਆਸ ਕਰਦਾ, ਸੁਰਤ ਜੋੜਦਾ, ਨਾਮ ਜਪਣਾ ਵੀ ਕਾਫੀ ਨਹੀਂ ਆ। ਕਿਉਂ ਨਾਮ ਜਪਦੇ ਜਪਦੇ ਤੁਹਾਨੂੰ ਪਤਾ ਸਾਰੇ ਦੁਨੀਆਂ ਦੇ ਕੰਮ ਵੀ ਪਿੱਛੇ ਆਪਾਂ ਲਈ ਫਿਰਦੇ ਹੁੰਦੇ। ਕੱਲ੍ਹ ਵੀ ਬੇਨਤੀ ਕੀਤੀ ਸੀ, ਪਿੱਛੇ ਪੁੱਛਦਾ ਫਿਰਦਾ ਹੁੰਦਾ, ਜਪਜੀ ਸਾਹਿਬ ਦੇ ਪਰੌਂਠੇ ਕਿਹੜੇ ਬਣਾਉਣੇ? ਜਪਜੀ ਸਾਹਿਬ ਜੇ ਪੂਰਾ ਵੀ ਹੁੰਦਾ ਵਿੱਚੇ ਪੁੱਛ ਲਈਦਾ, ਨਾਲ ਦਵਾ ਦਵ ਜੇ ਗੱਲ ਚੇਤੇ ਆ ਜੇ ਫਿਰ ਕਹਿੰਦਾ ਚਾਹ ਵੀ ਬਣਾ ਲਈ, ਤੇ ਹੁਣ ਇਹ ਵੀ ਵਿੱਚ ਲਿਖਿਆ ਜਪਜੀ ਸਾਹਿਬ। ਪੁਰਾਣੇ ਸਿੱਖ ਇਸ ਹਿਸਾਬ ਨਾਲ ਤੇ ਵਾਕਿਆ ਹੀ ਕਮਜ਼ੋਰ ਸੀ, ਉਹ ਇੱਕ ਸਮੇਂ ਇੱਕ ਕੰਮ ਕਰਦੇ ਸੀ। ਅੱਜ ਦੇ ਸਿੱਖ ਤੇ ਐਡਵਾਂਸ ਆ ਬਹੁਤ, ਇੱਕੋ ਟਾਈਮ ਮੋਬਾਈਲ ਵੀ ਸੁਣੀ ਜਾਂਦੇ, ਇੱਕੋ ਟਾਈਮ ਪਾਠ ਵੀ ਕਰੀ ਜਾਂਦੇ, ਇੱਕੋ ਟਾਈਮ ਦਬਕਾ ਛਲਕਾ ਵੀ ਕਰ ਲੈਂਦੇ, ਇੱਕੋ ਟਾਈਮ ਕਈ ਕਈ ਕੰਮ ਕਰੀ ਜਾਂਦੇ। ਮੈਂ ਤੇ ਇੱਕ ਬੰਦੇ ਨੂੰ ਆਪ ਵੇਖਿਆ ਵਾ, ਨਾਲੇ ਮਾਲਾ ਫੇਰੀ ਜਾਵੇ ਨਾਲੇ ਮੂਵੀ ਵੇਖੀ ਜਾਵੇ। ਹੁਣ ਕਿੱਥੇ ਮਾਲਾ ਭਾਵੇਂ ਉਹ ਵੀ ਅਹਿਮਤ ਹੋਵਾਂ ਤੇ ਕਿੱਥੇ ਮੂਵੀ ਉਹ ਵੀ ਅਹਿਮਤ ਹੋਈ। ਉਹ ਕਹਿੰਦਾ ਨਹੀਂ ਸਮੇਲ ਕਰ ਦੇਣਾ, ਮਾਲਾ ਆਪਦੀ ਜਗ੍ਹਾ ਫਿਰੀ ਜਾਵੇ, ਅੱਖਾਂ ਨਾਲ ਉਹ ਵੇਖਣੀ ਹੱਥਾਂ ਨਾਲ ਫੇਰਦੀ, ਕੀ ਕਰੂਗਾ? ਪਹਿਲਾਂ ਉਹਨੂੰ ਹੀ ਗਲੋਂ ਲਾ ਲਾ ਜਾਂ ਉਹ ਵੇਖ ਲੈ ਜਾਂ ਇਹ ਕਰ। ਜਿਹੜਾ ਬੰਦਾ ਇੱਕ ਸਮੇਂ ਇੱਕ ਕੰਮ ਨਹੀਂ ਨਾ ਕਰ ਸਕਦਾ ਇਮਾਨਦਾਰੀ ਨਾਲ ਜ਼ਿੰਦਗੀ 'ਚੋਂ ਕਾਮਯਾਬ ਨਹੀਂ। ਜੇ ਰੋਟੀ ਖਾਣੀ ਤੇ ਰੋਟੀ ਖਾਓ, ਜੇ ਨਾਮ ਜਪਣਾ ਫਿਰ ਨਾਮ ਹੀ ਜਪੋ। ਉਹ ਅਵਸਥਾ ਬੜੀ ਉੱਚੀ ਆ ਕਿ ਤੂੰ ਹੱਥਾਂ ਨਾਲ ਕੰਮ ਵੀ ਕਰੇ ਤੇ ਅੰਦਰ ਤੇਰੇ ਨਾਮ ਵੀ ਚੱਲੇ, ਉਹ ਸਾਨੂੰ ਨਹੀਂ ਮਿਲਣਾ। ਉਹ ਕਿਸੇ ਵਿਰਲੇ ਨੂੰ ਮਿਲੂਗੀ ਜਿਹਨੇ ਸੇਵਾ ਸਿਮਰਥਾਣੀ ਜ਼ਿੰਦਗੀ ਨਿਕਾਲੀ ਆ। ਉਹਦੇ ਭਾਗਾਂ 'ਚ ਹੀ ਆਉਂਦੀ ਆ ਵੀ ਹੱਥ ਕਾਰ ਵੱਲ ਤੇ ਚਿੱਤ ਯਾਰ ਵੱਲ, ਇਹ ਉਹਦੇ ਭਾਗਾਂ 'ਚ ਹੀ ਆਉਂਦੀ। ਹੁਣ ਬੇਨਤੀ ਕਰਾਂ, ਵਿਗਿਆਨੀ ਬੰਦਾ ਜਦੋਂ ਤੁਸੀਂ ਅੰਮ੍ਰਿਤ ਛਕਿਆ ਨਹੀਂ, ਨਿਤਨੇਮ ਕੀਤਾ ਨਹੀਂ, ਸਿਮਰਤ ਕੀਤਾ ਨਹੀਂ, ਮਰਿਆਦਾ ਰੱਖੀ ਨਹੀਂ, ਤੁਸੀਂ ਕਿਹੜੇ ਮੂੰਹ ਨਾਲ ਕਹਿੰਦੇ ਵੀ ਰੱਬ ਨਹੀਂ? ਪਹਿਲਾਂ ਰੱਖੋ 10 ਸਾਲ ਅਭਿਆਸ ਕਰੋ, ਫਿਰ ਤੁਸੀਂ ਕੋਈ ਨਤੀਜਾ ਸਾਨੂੰ ਦਿਓ ਵੀ ਮੈਂ ਕਰਕੇ ਵੇਖਿਆ ਮੈਨੂੰ ਨਹੀਂ ਮਿਲਿਆ। ਪਰ ਜੇ ਤੁਸੀਂ ਇਮਾਨਦਾਰੀ ਨਾਲ ਕੀਤਾ ਹੀ ਨਹੀਂ, ਫਿਰ ਤੇ ਦਿਲ ਦੇ ਵਿੱਚ ਬੇਈਮਾਨੀ ਹੋ ਤਾਂ ਪਹਿਲਾਂ ਹੀ ਤੁਸੀਂ ਕਹਿ ਦਿਓ। ਤਾਂ ਵਿਗਿਆਨੀ ਬੰਦਾ ਹਰ ਚੀਜ਼ ਨੂੰ ਤਰਕ ਦੀ ਦ੍ਰਿਸ਼ਟੀ ਨਾਲ ਦੇਖਦਾ, ਕਿਉਂ ਤੇ ਕਿਵੇਂ ਨਹੀਂ। ਹੁਣ ਜਿੱਥੇ ਤਰਕ ਆ ਜਾਂਦਾ ਉੱਥੇ ਪ੍ਰੇਮ ਨਹੀਂ ਹੋ ਸਕਦਾ। ਮੈਂ ਬੇਨਤੀ ਕੀਤੀ ਸੀ ਕਿ ਰਾਗੀ ਜੀ ਦਾ ਸ਼ਬਦ ਮੈਨੂੰ ਏਡਾ ਸੋਹਣਾ ਲੱਗਾ ਹੈ, ਇਸ ਕਰਕੇ ਮੈਂ ਕਥਾ ਦਾ ਪ੍ਰਕਰਣ ਦੁਬਾਰਾ ਰਿਪੀਟ ਕਰਨ ਲੱਗਾ ਕੱਲ੍ਹ। ਹੁਣ ਮੰਨ ਲਓ ਕਿਸੇ ਵਿਚਾਰਕ ਨੂੰ, ਕਿਸੇ ਤਰਕਵਾਦੀ ਨੂੰ ਕੋਈ ਚੀਜ਼ ਸੋਹਣੀ ਲੱਗੇ ਵੀ ਫਲਾਨੀ ਚੀਜ਼ ਬਹੁਤ ਸੋਹਣੀ। ਹੁਣ ਤਰਕ ਪਤਾ ਕੀ ਕਹੂੰਗਾ? ਤਰਕ ਜੇ ਵਿੱਚ ਤਰਕ ਆ ਗਿਆ ਨਾ, ਤਰਕ ਉਹ ਕਹੂਗਾ ਕਿਵੇਂ ਸੋਹਣੀ ਹੈ ਤੇ ਕਿਉਂ ਸੋਹਣੀ।
ਹੁਣ ਜਿਹੜੀ ਚੀਜ਼ ਕੋਈ ਸੋਹਣੀ ਲੱਗਦੀ ਉਹ ਭਾਵਨਾ ਵਿੱਚ ਲੱਗਦੀ, ਤਰਕ 'ਚ ਨਹੀਂ ਲੱਗਦੀ। ਜਦੋਂ ਤਰਕ ਆ ਗਿਆ ਕਹਾਣੀ ਖਤਮ ਹੋ ਗਈ। ਸਿਆਪੇ ਨੂੰ ਪੜਿਆ ਹੋਊਗਾ ਸੋਚੀ ਪੈ ਜਾਊ ਕਿ ਪਹਿਲਾਂ ਤੇ ਲੱਗਦੀ ਸੀ ਹੁਣ ਕੀ ਹੋ ਗਿਆ। ਮੰਨ ਲਓ ਕਿਸੇ ਬੰਦੇ ਨੂੰ ਕਿਸੇ ਨਾਲ ਪ੍ਰੇਮ ਹੋ ਗਿਆ ਤੇ ਅੱਧਾ ਕੁ ਬਚਾ, ਅੱਧਾ ਕੁ ਤਰਕਵਾਦੀ ਸੀ ਤੇ ਅੱਧਾ ਕੁ ਭਾਵਨਾ ਵਾਲਾ ਸੀ। ਭਾਵਨਾ ਨੇ ਪ੍ਰੇਮ ਕਰਤਾ, ਕੋਈ ਵਸਤੂ ਚੰਗੀ ਲੱਗਦੀ ਭਾਵਨਾ ਪ੍ਰੇਮ ਹੋ ਗਿਆ ਤੇ ਵਿੱਚ ਤਰਕ ਆ ਗਿਆ ਵੀ ਪ੍ਰੇਮ ਕਿੱਦਾਂ ਹੋ ਗਿਆ। ਇਹ ਦੇਖਣਾ ਚਾਹੀਦਾ ਲੈਬ ਦੇ ਵਿੱਚ ਜਾ ਕੇ, ਕੁਝ ਨਾ ਕੁਝ ਦਿਲ ਦੀ ਚੈਕਿੰਗ ਕਰਨੀ ਚਾਹੀਦੀ ਆ ਵੀ ਜਦੋਂ ਕੋਈ ਚੀਜ਼ ਸੁੰਦਰ ਲੱਗੇ, ਪ੍ਰੇਮ ਹੋਵੇ ਦਿਲ 'ਚ, ਖੂਨ ਜਾਂ ਦੌਰਾ ਖੂਨ ਦਾ ਉਹ ਕਿੰਨਾ ਕੁ ਤੇਜ਼ ਚੱਲਦਾ। ਤਰਕ ਆ ਗਈ ਨਾ ਵਿੱਚ ਵਿਚਾਲੇ ਰਹਿ ਗਿਆ। ਇਸ ਕਰਕੇ ਵਿਗਿਆਨੀ ਬੰਦਾ ਪ੍ਰੇਮੀ ਨਹੀਂ ਹੋ ਸਕਦਾ ਤੇ ਭਾਵਨਾ ਵਾਲਾ ਵਿਗਿਆਨੀ ਨਹੀਂ ਹੋ ਸਕਦਾ, ਤਰਕਵਾਦੀ ਨਹੀਂ ਹੋ ਸਕਦਾ। ਕਿਉਂ? ਭਾਵਨਾ ਵਿੱਚ ਕਵਿਤਾ ਲਿਖੀ ਜਾਂਦੀ, ਭਾਵਨਾ 'ਚ ਭਾਵਨਾ ਵਿੱਚ ਕਵਿਤਾ ਦਾ ਫਲੋ ਬਣਦਾ, ਜੇ ਵਿੱਚ ਤਰਕ ਆ ਜੇ ਉਹ ਬਣਦਾ ਹੀ ਨਹੀਂ, ਫਲੋ ਉੱਥੇ ਹੋ ਜਾਂਦੀ। ਹੁਣ ਕਵਿਤਾ ਉੱਤੇ ਭਾਵਨਾ ਲੱਗਦੀ ਆ, ਕਵਿਤਾ ਉੱਤੇ ਤਰਕ ਤੇ ਲੱਗਦਾ ਨਹੀਂ ਜੇ ਕੋਈ ਲੱਗ। ਚਲੋ ਇੱਕ ਗੱਲ ਹੋਰ ਖੋ ਤਾਂ, ਵਿਸ਼ਵ ਯੁੱਧ ਦੀ ਗੱਲ ਆ, ਵਰਲਡ ਵਾਰ ਦੀ। ਕੋਈ ਤਰਕਵਾਦੀ ਫੌਜ ਵਿੱਚ ਭਰਤੀ ਹੋ ਗਿਆ, ਆਰਮੀ ਦੇ ਵਿੱਚ ਚਲੇ ਗਿਆ, ਵਿਸ਼ਵ ਯੁੱਧ ਚੱਲਦਾ ਪਿਆ ਹੈ। ਹੁਣ ਉਹਨੂੰ ਟ੍ਰੇਨਿੰਗ ਤਾਂ ਦੇਣੀ ਸੀ, ਉਹ ਸੀ ਤਰਕਵਾਦੀ। ਕੈਪਟਨ ਨੇ, ਕਪਤਾਨ ਨੇ ਆਖਿਆ ਖੱਬੇ ਮੁੜ, ਆਰਡਰ ਹੀ ਹੁੰਦਾ ਫੌਜ 'ਚ। ਬਾਕੀ ਸਾਰੀ ਪਲਟਨ ਖੱਬੇ ਮੁੜ ਗਈ, ਉਹ ਉੱਥੇ ਖਲੋਤਾ। ਉਹਨੇ ਬੜਾ ਜ਼ੋਰ ਲਾਇਆ ਖੱਬੇ ਮੁੜ ਜਾ, ਪਰ ਉਹਦੀ ਬਿਰਤੀ ਤਰਕਵਾਦੀ ਸੀ। ਅਫਸਰ ਪੁੱਛਦਾ, ਕਿਉਂ ਜੀ ਤੁਸੀਂ ਨਹੀਂ ਖੱਬੇ ਮੁੜਨਾ? ਕਹਿੰਦਾ, ਮਹਾਰਾਜ ਮੈਂ ਆਰਡਰ ਤੇ ਸੁਣਿਆ ਪਰ ਮੁੜ ਨਹੀਂ ਸਕਦਾ, ਕੀ ਕਰਾਂ ਮੈਂ ਵਿਚਾਰਵਾਦੀ। ਜਦੋਂ ਪਤਾ ਲੱਗਣਾ ਚਾਹੀਦਾ ਵੀ ਖੱਬੇ ਕਿਉਂ ਮੁੜਾਂ। ਉਹ ਕਹਿੰਦਾ, ਫਿਰ ਆਰਮੀ ਛੱਡ ਦੇ ਇੱਥੇ ਤੇ ਆਰਡਰ ਹੀ ਚੱਲਦਾ। ਇੱਥੇ ਇਹ ਨਹੀਂ ਪੁੱਛਿਆ ਜਾਣਾ ਵੀ ਕਿਉਂ ਗੋਲੀ ਮਾਰਾਂ, ਇੱਥੇ ਇਹ ਨਹੀਂ ਪੁੱਛਿਆ ਜਾਣਾ ਵੀ ਕਿਉਂ ਗੋਲੀ ਖਾਵਾਂ, ਮੇਰੇ ਤੇ ਨਿਆਣੇ ਆ ਮੈਂ ਕਿਉਂ ਲੜਾਂ, ਇੱਥੇ ਤੇ ਹੁਕਮ ਚੱਲਣਾ। ਕਪਤਾਨ ਦੇ ਮਨ ਦੇ ਵਿੱਚ ਆਈ ਵੀ ਬੰਦਾ ਚੰਗਾ ਵਾ, ਕੰਮ ਲਈਏ ਵਿਚਾਰੇ ਤੋਂ। ਅੱਗੇ ਫੌਜ ਡਰਦਾ ਭਰਤੀ ਨਹੀਂ ਕੋਈ ਹੋ ਰਿਹਾ, ਵਰਲਡ ਵਾਰ ਬਦੋ ਬਦੀ ਭਰਤੀ ਕਰਦੇ ਬੰਦੇ ਫੜ ਫੜ ਕੇ। ਉਹਨੇ ਨਾ ਉਹਨੂੰ ਮੈਸ ਦੇ ਵਿੱਚ ਭੇਜ ਦਿੱਤਾ ਤੇ ਬਾਬਰ ਜੀ ਨੂੰ ਆਖਿਆ ਵੀ ਇਹਨੂੰ ਕੋਈ ਕੰਮ ਲਾ ਦੇ ਭਰਾਵਾ, ਸਬਜ਼ੀ ਕੱਟਣੀ ਵੱਢਣੀ ਸਿਖਾ ਦੇ, ਵਿਚਾਰ ਕੇ ਕਿਤੇ ਭੁਲੇਖੇ ਨਾ ਫੌਜ 'ਚ ਆ ਗਿਆ। ਇਹ ਚਾਹੀਦਾ ਸੀ ਕਿਤੇ ਵਿਦਿਆਲੇ 'ਚ ਵਿਚਾਰੇ ਆ ਫੌਜ 'ਚ ਗਿਆ। ਉਹਨੇ ਲਿਆ ਕੇ ਮਟਰ ਅੱਗੇ ਰੱਖਦੇ ਵੀ ਐਂ ਕਰ ਵੀ ਵੱਡੇ ਮਟਰ ਅੱਡ ਕਰਦੇ ਤੇ ਛੋਟੇ ਮਟਰ ਅੱਡ ਕਰਦੇ, ਸਿਆਪਾ ਪੈ ਗਿਆ, ਫਿਰ ਤਰਕ ਆ ਗਿਆ। ਉਹ ਅੱਧੇ ਘੰਟੇ ਬਾਅਦ ਚੈੱਕ ਕਰਨ ਆਇਆ ਵੀ ਸਭ ਤੋਂ ਸੌਖਾ ਕੰਮ ਤੈਨੂੰ ਦਿੱਤਾ ਤੇ ਉਹ ਲਫਾਫੇ ਦਾ ਮੂੰਹ ਹੀ ਵੇਖੀ ਗਿਆ ਤੇ ਮਟਰ ਹੱਥ 'ਚ ਫੜੇ। ਉਹ ਕਹਿੰਦਾ ਵੀ ਇਹ ਕੀ ਗੱਲ ਹੋ ਗਈ? ਕਹਿੰਦਾ, ਜਨਾਬ ਗੱਲ ਇਹ ਆ ਵੀ ਤੁਸੀਂ ਆਖਿਆ ਮੋਟੇ ਅੱਡ ਕਰਦੇ ਛੋਟੇ ਅੱਡ ਕਰਦੇ, ਜਿਹੜੇ ਵਿਚਲੇ ਇਹਨਾਂ ਦਾ ਕੀ ਕਰਨਾ? ਉਹ ਕਹਿੰਦਾ, ਭਰਾਵਾ ਹੱਥ ਜੋੜੇ, ਮੈਂ ਤੈਨੂੰ ਕਿਰਾਇਆ ਦਿੰਦਾ, ਚੱਲ ਜਾ ਆਪਣੇ ਪਿੰਡ, ਛੱਡਦੇ ਫੌਜ। ਕਹਿੰਦਾ, ਤੇਰੇ ਵਾਸਤੇ ਕੰਮ। ਜਿਹੜਾ ਤਰਕ ਵਾਲਾ ਬੰਦਾ ਵਾ,
ਇਹ ਹਰ ਚੀਜ਼ ਨੂੰ ਤਰਕ ਦੀ ਦ੍ਰਿਸ਼ਟੀ ਨਾਲ ਦੇਖ। ਜਿਹੜਾ ਭਾਵਨਾ ਵਾਲਾ ਬੰਦਾ ਵਾ ਉਹ ਹਰ ਵਸਤੂ ਨੂੰ ਭਾਵਨਾ ਨਾਲ ਦੇਖਦਾ, ਪਰ ਗੁਰੂ ਮਹਾਰਾਜ ਕਹਿੰਦੇ ਨਹੀਂ, ਤਰਕ ਵਾਲੇ ਸੱਜਣਾ ਤਰਕ ਵਰਤਣੀ ਆ ਪਰ ਹਰ ਚੀਜ਼ ਦੇ। ਉਹ ਭਾਵਨਾ ਵਾਲੇ ਸੱਜਣਾ ਯਕੀਨ ਰੱਖਣਾ ਵਾ ਪਰ ਰੱਬ ਤੇ ਸੱਚ ਤੇ ਅਕਾਲ ਪੁਰਖ ਵਾਹਿਗੁਰੂ ਤੇ, ਇਹ ਨਹੀਂ ਵੀ ਜਿਹੜੀ ਚੀਜ਼ ਆਈ ਉਹਨੂੰ ਹੀ ਸਿਰ ਘਸਾਈ ਜਾਇਆ ਕਰ, ਮੱਥਾ ਟੇਕੀ ਜਾਇਆ ਕਰ। ਸਾਡੇ ਤੇ ਹੁਣ ਸੱਪਾਂ ਦੇ ਵੀ ਥਾਂ ਬਣੇ ਫਿਰਦੇ, ਤੁਹਾਨੂੰ ਪਤਾ ਇੱਥੇ ਵੀ ਬਣਿਆ ਕਿ ਨਹੀਂ, ਇੱਥੇ ਨਹੀਂ ਹੋਣਾ। ਪੰਜਾਬ ਤੇ ਸੱਪਾਂ ਦੀਆਂ ਥਾਵਾਂ ਨੂੰ ਵੀ ਮੱਥੇ ਟਿਕੀ, ਸੱਪਾਂ ਅੱਗੇ ਦੁੱਧ ਚੜੀ ਜਾਂਦਾ ਹੈ, ਸੱਪਾਂ ਅੱਗੇ ਦੀਵੇ ਜਗੀ ਜਾਂਦੇ, ਉਹ ਵੀ ਨਕਲੀ, ਕਿ ਤੂੰ ਅਸਲੀ ਲੈ ਆ ਲੱਗ ਜੂ, ਮਤ ਨਕਲੀ ਬਣਾ ਕੇ ਸੀਮਿੰਟ ਦਾ। ਤੇ ਬੰਦਾ ਪੁੱਛੇ ਵੀ ਸੱਪ ਅੱਗੇ ਦੀਵਾ ਜਗਾਉਣ ਦਾ ਕੀ ਫਾਇਦਾ, ਉਹਨੇ ਦੁੱਧ ਦੇਣਾ ਤੇ ਇਹਦੇ ਨਾਲ ਉਹਦੇ ਮੱਝ ਅੱਗੇ ਜਗਾ ਲਾ ਵਿਚਾਰੀ ਦੁੱਧ ਤੇ ਦਿੰਦੀ ਹੈ, ਕਿੱਡਾ ਭਲਾ ਹੋ। ਆਹ ਹਾਲ ਸਾਡਾ ਹੁੰਦਾ, ਯਕੀਨ ਰੱਖਣਾ ਪਰ ਹਰ ਚੀਜ਼ ਤੇ, ਤਰਕ ਕਰਨਾ ਪਰ ਹਰ ਵਸਤੂ ਉੱਤੇ ਨਹੀਂ, ਰੱਬ ਉੱਤੇ ਤਰਕ ਨਹੀਂ, ਪਖੰਡ ਉੱਤੇ ਤਰਕ। ਧੰਨ ਗੁਰੂ ਗੋਬਿੰਦ ਨਾਨਕ ਦੇਵ ਸਾਹਿਬ ਤੋਂ ਵਿਚਾਰਧਾਰਾ ਸ਼ੁਰੂ ਕਰਦਾ ਮੈਂ। ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਆਪਾਂ ਵਿਚਾਰਦੀ, ਉਹਨਾਂ ਦੇ ਦਿਨ ਚੱਲਦੇ ਪਏ ਨੇ, ਬਾਕੀ ਦੇ ਸ਼ਹੀਦੀ ਦੇ ਵੀ ਸਿੱਖਾਂ ਦੇ, ਉਹਨਾਂ ਦੇ ਅਵਤਾਰ ਦੇ ਵੀ 13 ਪੋਹ ਨੂੰ ਸੰਗਤ ਉਹਨਾਂ ਦਾ, 13 ਜਨਵਰੀ ਨੂੰ ਸੰਗਤ ਉਹਨਾਂ ਦਾ ਅਵਤਾਰ ਮਨਾ ਰਹੀ। ਧੰਨ ਗੁਰੂ ਨਾਨਕ ਦੇਵ ਸਾਹਿਬ ਨੇ ਤਰਕ ਵਰਤਿਆ ਵਾ, ਪਰ ਕਦੋਂ ਵਰਤਿਆ, ਜਦੋਂ ਦੇਖਿਆ ਵੀ ਇਹ ਤਾਂ ਪਖੰਡ ਆ, ਇਹਦੇ ਵਿੱਚ ਕੱਖ ਨਹੀਂ। ਤੁਸੀਂ ਇੱਕ ਸਾਖੀ ਜਾਣਦੇ ਨਾ, ਹਰਿਦੁਆਰ ਗੰਗਾ ਵਿੱਚ ਖੜ ਕੇ ਜਾਂਦੇ, ਪਾਣੀ ਕਿਹੜੇ ਪਾਸੇ ਦਿੱਤਾ ਸੀ, ਦੂਜੀ ਸਾਰੀ ਦੁਨੀਆ ਕਿਹੜੇ ਪਾਸੇ ਦਿੰਦੀ ਸੀ, ਸੂਰਜ ਵੱਲ, ਜੇ ਮੰਨ ਲਈਏ ਵੀ ਪਹੁੰਚਦਾ ਫਿਰ ਤੇ ਹੁਣ ਤੱਕ ਉਹੀ ਬੁੱਝ ਜਾਣਾ ਸੀ, ਪਟਾਕਾ ਪੈ ਜਾਣਾ ਸੀ ਸੂਰਜ, ਜੇ ਮੰਨ ਲਈਏ ਵੀ ਪਹੁੰਚਦਾ। ਉੱਥੇ ਇੱਕ ਤਰਕ ਦਿੱਤੀ ਮਹਾਰਾਜ ਨੇ ਵੀ ਜੇ ਉੱਥੋਂ ਤੱਕ ਪਹੁੰਚਦਾ ਫਿਰ ਪੰਜਾਬ 'ਚ ਮੇਰੀ ਖੇਤੀ ਸੁੱਕਦੀ, ਉੱਥੇ ਬਹੁਤੀ ਨੇੜੇ ਹੈ, ਸਾਰਾ 6-7-8 ਘੰਟਿਆਂ ਦਾ ਰਾਹ ਗੱਡੀ ਤੇ ਹਰਿਦੁਆਰ ਤੋਂ ਪੰਜਾਬ ਦਾ, ਉੱਥੇ ਤੇ ਬੜੀ ਛੇਤੀ ਪਹੁੰਚਣਾ ਚਾਹੀਦਾ। ਜਾਂ ਇੱਕ ਪਖੰਡ ਕਰਨ ਵਾਲਾ ਬੰਦਾ ਅੱਖਾਂ ਬੰਦ ਕਰਕੇ ਬੈਠਾ ਸੀ ਤੇ ਲੋਕਾਂ ਨੂੰ ਅੱਖਾਂ ਬੰਦ ਕਰਕੇ ਕਵੇ ਮੈਨੂੰ 3 ਲੋਕਾਂ ਦੀ ਸੋਝੀ ਹੈ, 3 ਲੋਕਾਂ ਦੀ ਸੋਝੀ ਹੈ। ਮਹਾਰਾਜ ਨੇ ਸਾਲ ਗ੍ਰਾਮ ਠਾਕੁਰ ਜੀ ਜੀ ਦੀ ਉਹ ਪੂਜਾ ਕਰਦੇ ਨੇ, ਜਿਹੜੇ ਉਹਨੂੰ ਪੈਸੇ ਚੜੇ ਸੀ ਉਹ ਚੁੱਕ ਕੇ ਸਾਰੇ ਹੀ ਉਹਦੇ ਪਿੱਛੇ ਰੱਖਦੇ ਜਾਂ ਦੱਬਦੇ, ਤੇ ਜਦੋਂ ਵੇਖਿਆ ਵੀ ਪੈਸੇ ਉੱਡ ਗਏ, ਚਲੋ ਠਾਕੁਰ ਦਾ ਕੀ ਆ, ਪੈਸੇ ਉੱਡ ਗਏ ਸਾਰੇ ਜਿੰਨੇ ਪਏ ਸੀ, ਉਹਨੂੰ ਧਿਆਨ ਭੁੱਲ ਗਏ ਤੇ ਕਹਿਣ ਲੱਗਾ ਵੀ ਦੇ ਦਿਓ। ਮਹਾਰਾਜ ਕਹਿੰਦੇ ਤੈਨੂੰ 3 ਲੋਕਾਂ ਦੀ ਸੋਝੀ ਆ, ਵੇਖ ਲਾ ਕਿੱਥੇ ਪਿਆ। ਗੁਰਬਾਣੀ 'ਚ ਸ਼ਬਦ ਆਉਂਦਾ ਜੀ, ਆਂਟ ਛੇਤੀ ਨਾਕ ਪਕੜੈ, ਸੂਝ ਤੇ 3 ਲੋ, ਮਗਰ ਪਾਸ਼ੇ ਕਛ ਨਾ ਸੂਝੇ, ਇਹੋ ਪਦਮ ਲੋ। ਕਲ ਮੈਂ ਰਾਮ ਨਾਮ ਹੈ ਸਾਰ, ਅੱਖੀ ਤਾਂ ਮੀਟੇ ਨਾਕ ਪਕੜੈ, ਠੱਗਣ ਕੋ ਸੰਸਾਰ।
ਸਤਿਗੁਰੂ ਕਹਿਣ ਲੱਗੇ ਵੀ ਤੈਨੂੰ ਤਿੰਨ ਲੋਕ ਸੁੱਝਦੇ ਆ, ਪਿੱਠ ਪਿੱਛੇ ਪਏ ਠਾਕੁਰ ਜੀ ਨਹੀਂ ਸੁੱਝਦੇ। ਇੱਥੇ ਕੀ ਹੋ ਗਈ? ਤਰਕ ਹੋ ਗਈ ਨਾ, ਵਿਚਾਰ ਹੋ ਗਿਆ। ਮਹਾਂਪੁਰਖ ਭਿੰਡਰਾਂ ਵਾਲੇ ਇੱਕ ਬਚਨ ਸੁਣਾਉਂਦੇ ਹੁੰਦੇ ਸੀ, ਸੰਤ ਬਾਬਾ ਗੁਰਬਚਨ ਸਿੰਘ ਜੀ ਕਹਿੰਦੇ, ਰਾਧਾ ਸਵਾਮੀਆਂ ਦੇ ਜਿਹੜੇ ਵੱਡੇ ਸੰਤ ਸੀ ਨਾ, ਬਾਬੂ ਸਾਵਣ ਸਿੰਘ ਜੀ, ਬਾਬਾ ਸਾਵਣ ਸਿੰਘ ਜੀ, ਉਹ ਤੇ ਭਾਈ ਰਣਧੀਰ ਸਿੰਘ ਜੀ ਅਖੰਡ ਕੀਰਤਨੀ ਜਥੇ ਵਾਲੇ ਇਕੱਠੇ ਪੜ੍ਹੇ ਸੀ ਸਕੂਲ ਦੇ ਵਿੱਚ। ਉੱਥੇ ਕਿਤੇ ਬਾਬਾ ਸਾਵਣ ਸਿੰਘ ਜੀ ਨੇ ਆਪਣੀ ਅਵਸਥਾ ਦੱਸੀ ਵੀ ਮੈਨੂੰ ਚੰਦ ਦਿਖਦੇ ਨੇ, ਤਾਰੇ ਦਿਖਦੇ ਨੇ, ਤਿੰਨਾਂ ਲੋਕਾਂ ਦੀ ਸੋਝੀ। ਭਾਈ ਰਣਧੀਰ ਸਿੰਘ ਜੀ ਦਾ ਸੁਭਾਅ ਬੜਾ ਬਖੌਲੀਆ ਸੀ, ਵੈਸੇ ਨਹੀਂ, ਪਰ ਉਹ ਆਪਸ ਵਿੱਚ ਇਕੱਠੇ ਪੜ੍ਹੇ ਸੀ ਸਕੂਲ 'ਚ, ਇਸ ਕਰਕੇ ਕਰ ਲੈਂਦੇ। ਉਹਨਾਂ ਨੇ, ਭਾਈ ਰਣਧੀਰ ਸਿੰਘ ਜੀ ਨੇ ਬਾਬਾ ਸਾਵਣ ਸਿੰਘ ਜੀ ਦੀ ਘੜੀ ਚੁੱਕ ਕੇ ਲੁਕੋ ਕੇ ਪਿੱਛੇ ਰੱਖ ਦਿੱਤੀ। ਬਾਬਾ ਸਾਵਣ ਸਿੰਘ ਕਹਿਣ ਲੱਗੇ, ਮੇਰੀ ਘੜੀ ਕਿੱਥੇ? ਭਾਈ ਰਣਧੀਰ ਸਿੰਘ ਕਹਿੰਦਾ, ਤੈਨੂੰ ਹੁਣ ਇਕੱਠੇ ਪੜ੍ਹੇ ਸੀ, ਮਖੌਲ ਕਰ ਲੈਂਦੇ ਸੀ ਇੱਕ ਦੂਜੇ, ਹੁਣ ਕਲਾਸ ਮੇਟ ਸੀ ਤੁਹਾਨੂੰ ਪਤਾ ਹੀ ਆ। ਫਿਰ ਕਹਿੰਦੇ, ਤੈਨੂੰ ਸਾਵਣ ਸਿੰਘ ਤਿੰਨ ਲੋਕ ਸੋਚਦੇ, ਘੜੀ ਵੇਖ ਲਾ। ਬਾਬਾ ਸਾਵਣ ਸਿੰਘ ਕਹਿ ਹੱਸ ਕੇ ਕਹਿਣ ਲੱਗੇ, ਮੈਨੂੰ ਟੀਚਰਾਂ ਨਾ ਕਰਿਆ ਕਰ ਬਹੁਤ। ਤਰਕ ਉੱਥੇ ਕਰਨਾ ਵਾ ਜਿੱਥੇ ਕੋਈ ਅਸਲੀਅਤ ਕੱਢਣੀ ਆ ਵਿੱਚ, ਜਿੱਥੇ ਕੁਝ ਕੱਟਣਾ ਵਿੱਚੋਂ ਵੀ ਇੱਥੇ ਕੁਝ ਅਸਲੀਅਤ ਕੱਢਦੇ ਨੇ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤਰਕ ਕੀਤਾ, ਇੱਦਾਂ ਦਾ ਤਰਕ ਕੋਈ ਨਹੀਂ ਕਰ ਸਕਦਾ ਜਿੰਨਾ ਬਾਣੀ ਪੜ੍ਹੀ ਨਹੀਂ, ਹੁਣ ਉਹ ਵਿਚਾਰੇ ਕੀ ਕਰਨ। ਮਹਾਰਾਜ ਨੇ ਤਰਕ ਕੀਤਾ ਹੈ। ਸਤਿਗੁਰੂ ਆਪਣੀ ਬਾਣੀ ਵਿੱਚ ਕਹਿੰਦੇ ਨੇ, ਘੁੱਗੂ ਮੱਟ ਵਾਸੀ ਲੱਗੇ ਡੋਲਤ, ਉਦਾਸੀ ਮ੍ਰਿਗ ਤਰਵਰ ਸਦੀਵ ਮੋਨ ਸਾਧੇ ਮਰਤ। ਬਿੰਦ ਕੇ ਸਦਈਆ ਤਾਹੇ ਹੀਜ ਕੀ ਵਡਈਆ ਦੇਦ, ਬੰਦਰਾ ਸਦੀਵ ਪਾਏ ਨਾਂਗੇ ਹੀ ਫਿਰਦ ਹੈ। ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ, ਏਕ ਗਿਆਨ ਕੇ ਬਹੀਨ ਸ਼ੀਨ ਕੈਸੇ ਕੇ ਤਰਵ। ਸ਼ੁਰੂਆਤ ਹੁੰਦੀ, ਤੂੰ ਪ੍ਰਸਾਦ ਕਬਿੱਤ ਖੂਕ ਮਲ ਹਾਰੀ, ਗਜ ਗਦਹਾ ਗਬੂਤ ਗਿਦੂਆ ਮਸਾਨ ਵਾਸ ਕਰੇ ਹੋਈ ਕਰ। ਹਿੰਦੁਸਤਾਨ ਵਿੱਚ ਇੱਕ ਸੰਪਰਦਾ ਹੋਈ, ਉਹਦੇ ਲੱਛਣ ਤੇ ਉਹਦੇ ਨਿਯਮ ਜੇ ਸੁਣੋਗੇ ਤੇ ਤੁਸੀਂ ਸਮਝੋ ਬੰਦੇ ਆ ਕੇ ਪਸ਼ੂਆਂ ਤੋਂ ਵੀ ਭੈੜੇ। ਗੰਦਗੀ ਖਾਣੀ, ਗੰਦਗੀ ਅਘੋਰੀ ਸਾਧ ਗੰਦਗੀ ਖਾਂਦੇ ਤੇ ਗੰਦਗੀ ਖਾ ਕੇ ਉਹ ਕੁਝ ਨਾ ਕੁਝ ਆਪਣੀਆਂ ਸਿੱਧੀਆਂ ਕਰਦੇ। ਮਹਾਰਾਜ ਕਹਿੰਦੇ, ਜੇ ਗੰਦਗੀ ਖਾਣੀ ਸੀ ਤੇ ਸੂਰ ਹਮੇਸ਼ਾ ਹੀ ਖਾਈ ਜਾਂਦਾ, ਕੀ ਫਰਕ ਆ? ਖੂਕ ਮਲ ਹਾਰ ਕੁਝ ਆਪਣੇ ਸਰੀਰ ਤੇ ਸਵਾਹ ਮਲਦੇ ਨੇ। ਮਹਾਰਾਜ ਕਹਿੰਦੇ, ਗਜ ਗਦ ਹਾ ਗਬੂ ਧਾਰੀ, ਖੋਤਾ ਤੇ ਹਾਥੀ ਸਿਰ ਚ ਸਵਾਹ ਪਾਉਂਦੇ। ਕੁਝ ਮੜੀਆਂ ਵਿੱਚ ਬਹਿ ਕੇ ਸਿੱਧੀਆਂ ਕਰਦੇ ਯੰਤਰ ਮੰਤਰ ਦੀਆਂ। ਮਾਰੇ ਕਹਿੰਦੇ, ਗਿੱਦੜ ਗਿਦੂਆ ਮਸਾਨ ਵਾਸ ਕਰੇ ਹੋਈ ਕਰਦਾ, ਉਹ ਮੜੀਆਂ ਜੀ ਤੁਰਿਆ ਕਰਦਾ, ਸ਼ਾਇਦ ਕੋਈ ਹੱਡੀ ਲੱਭ ਜੇ, ਕੋਈ ਲਾਸ਼ ਲੱਭ ਜੇ, ਤੇ ਤੁਸੀਂ ਰੂਹਾਂ ਲੱਭਦੇ ਫਿਰਦੇ ਵੀ ਫਲਾਨੇ ਦੀ ਰੂਹ ਜਗਾ ਕੇ ਵਸ ਚ ਕਰ ਦੋ। ਗਿਦੂਆ ਮਸਾਨ ਵਾਸ ਕਰੇ ਹੋਈ ਕਰਦਾ,
ਘੁੱਗੂ ਮੱਠ ਵਾਸੀ ਕਈ ਮੱਠ ਚੋਂ ਬਾਹਰ ਨਹੀਂ ਆਉਂਦੇ, ਕਹਿੰਦੇ ਘੁੱਗੂ ਉੱਲੂ ਵੀ ਮੱਠ 'ਚ ਹੀ ਬੈਠਾ ਰਹਿੰਦਾ। ਲੱਗੇ ਡੋਲਤ ਉਦਾਸੀ ਮ੍ਰਿਗ ਕਈ ਤੁਰੇ ਹੀ ਫਿਰਦੇ ਰਹਿੰਦੇ ਆ ਯਾਤਰਾ 'ਤੇ। ਮਹਾਰਾਜ ਕਹਿੰਦੇ ਪਸ਼ੂ ਹਿਰਨ ਵੀ ਤੁਰਿਆ ਹੀ ਫਿਰਦਾ ਫਿਰਦੇ, ਉਹਨੂੰ ਹੀ ਰੱਬ ਮਿਲਦੇ। ਕਈ ਚੁੱਪ ਹੀ ਰਹਿੰਦੇ ਆ, ਜਿਵੇਂ ਸਾਧੂ ਸੰਤ ਕਹਿੰਦੇ ਚੁੱਪ ਵੇ ਅੜਿਆ, ਚੁੱਪ ਵੇ ਅੜਿਆ, ਬੋਲਣ ਦੀ ਨਹੀਂ ਜਾਏ ਵੇ ਅੜਿਆ। ਮਹਾਰਾਜ ਕਹਿੰਦੇ ਜੇ ਚੁੱਪ ਕੀਤਿਆਂ ਰੱਬ ਮਿਲਦਾ ਤੇ ਦਰਖਤ ਮੌਨ ਸਾਧੇ ਹੀ ਮਰਤ। ਫਿਰ ਜੇ ਬਿੰਦ ਰੱਖਣ ਕਰਕੇ ਰੱਬ ਮਿਲਦਾ ਵੀ ਮੈਂ ਵਿਆਹ ਨਹੀਂ ਕਰਾਉਣਾ ਮੈਨੂੰ ਰੱਬ ਮਿਲ ਜਾਣਾ, ਫਿਰ ਤੇ ਖੁਸਰੇ ਬ੍ਰਹਮ ਗਿਆਨੀ ਹੋ ਜਾਂਦੇ। ਬਿੰਦ ਕੇ ਰਖਈਆ ਤਾਹੇ ਹੀਜ ਕੀ ਵਡਈਆ ਦੇ, ਹੀਜ ਕਹਿੰਦੇ ਹਿਜੜੇ। ਕਈ ਸੋਚਦੇ ਨੰਗੇ ਪੈਰੀ ਰੱਬ ਮਿਲਦਾ, ਫਿਰ ਮਹਾਰਾਜ ਕਹਿੰਦੇ ਬਾਂਦਰ ਨੇ ਤੇ ਵਿਚਾਰੇ ਨੇ ਅਜੇ ਤੱਕ ਨੀ ਕੋਈ ਆਨਲਾਈਨ ਜੁੱਤੀ ਮੰਗਾਈ ਕਿ ਮੈਂ ਪਾ ਲੈਂਦਾ। ਅੱਜ ਕੱਲ੍ਹ ਤੇ ਸਭ ਕੁਝ ਆਨਲਾਈਨ ਆ ਜਾਂਦਾ। ਬਿੰਦ ਕੇ ਸਦਈਆ ਤਾਏ ਹੀਜ ਕੀ ਵਡਈਆ ਦੇ, ਤੇ ਬੰਦਰਾ ਸਦੀਵ ਪਾਏ ਨੰਗੇ ਹੀ। ਫਿਰ ਪੁੱਛਿਆ ਮਹਾਰਾਜ ਜੀ ਫਿਰ ਵਿਆਹ ਕਰਾਉਣ ਨਾ ਮਿਲਦਾ, ਕਹਿੰਦੇ ਇੱਦਾਂ ਵੀ ਨਹੀਂ ਮਿਲਦਾ। ਏਕਾ ਨਾਰੀ ਜਤੀ ਹੋਏ ਫੇਰ ਮਿਲਦਾ, ਕਾਮ ਚ ਵੀ ਨਹੀਂ ਮਿਲਦਾ, ਵਿਆਹ ਨਾ ਕਰਾਉਣ ਨਾਲ ਵੀ ਨਹੀਂ ਮਿਲਦਾ ਤੇ ਕਾਮ ਚ ਵੀ ਨਹੀਂ ਮਿਲਦਾ ਸੱਜਣਾ, ਦੋਵੇਂ ਬੰਦੇ ਇੱਕ ਗਿਆਨ ਕੇ ਵਹੀਨ। ਹੁਣ ਇੱਥੇ ਮਹਾਰਾਜ ਨੇ ਕਿੱਡੀ ਵੱਡੀ ਤਰਕ ਦੇ ਕੇ ਧੱਜੀਆਂ ਡਾ ਦਿੱਤੀਆਂ ਨੇ ਪਖੰਡ ਦੀਆਂ, ਕੋਈ ਛੱਡਿਆ ਮਹਾਰਾਜ ਨੇ ਇੱਥੇ ਤਰਕ ਵੱਲ? ਤਰਕ ਕਿੱਥੇ ਵਰਤਣਾ ਜਿੱਥੇ ਪਖੰਡ ਹਨ? ਜਿੱਥੇ ਸੱਚ ਹੋਵੇ ਉੱਥੇ ਕਦੀ ਤਰਕ ਨਹੀਂ ਕਰਨਾ, ਉੱਥੇ ਯਕੀਨ ਰੱਖਣਾ। ਭਗਤ ਨਾਮਦੇਵ ਦੀ ਉਦਾਹਰਣ ਕਹਿ ਕੇ ਸਮਾਂ ਸੰਪੂਰਨਤਾ ਵੱਲ ਜਾ ਰਿਹਾ, ਬੇਨਤੀ ਕਰਾਂ। ਜਦੋਂ ਪਤਾ ਲੱਗ ਗਿਆ ਵੀ ਰੱਬ ਹੈ, ਮਿਲ ਪਿਆ, ਤਾਂ ਨਾਮਦੇਵ ਜੀ ਦੀ ਮਾਤਾ ਜੀ ਕਹਿਣ ਲੱਗੇ ਵੀ ਨਾਮੇ ਨੂੰ ਵੀ ਰਾਮ ਦਾ ਨਾਂ ਛੱਡ ਕੇ ਖੁਦਾ ਦਾ ਨਾਂ ਲਓ। ਖੁਦਾ ਦਾ ਨਾਂ ਲੈ ਤੇ ਨਾਮਦੇਵ ਅੱਗਿਓਂ ਕਹਿਣ ਲੱਗੇ ਰਾਮ ਦਾ ਨਾਂ ਲੈ ਛੱਡ ਕੇ ਖੁਦਾ ਦਾ ਨਹੀਂ ਲੈ ਸਕਦਾ, ਮਾਂ ਤੈਨੂੰ ਜ਼ਰੂਰ ਛੱਡ ਸਕਦਾ। ਨਾ ਹੋ ਤੇਰਾ ਪੂੰਗਰਾ ਨਾ ਤੂੰ ਮੇਰੀ ਮਾਈ, ਪਿੰਡ ਭਰੈ ਤਾਂ ਹਰ ਗੁਣ ਰੁਦਨ ਕਰੇ ਨਾਮੇ ਕੀ ਮਾਏ, ਛੋੜ ਰਾਮ ਕੀ ਨਾ ਭਜੇ ਖੁਦਾ। ਗੱਲ ਧਰਮ ਦੀ ਆ ਗਈ, ਭਾਵੇਂ ਰਾਮ ਤੇ ਖੁਦਾ ਇੱਕ ਹੀ, ਪਰ ਇੱਥੇ ਗੱਲ ਆ ਗਈ ਧਰਮ ਦੀ। ਡਰਦਿਆਂ ਨਹੀਂ ਮੈਂ ਛੱਡਣਾ ਭਾਵੇਂ ਦੋਵੇਂ, ਜੇ ਮੈਨੂੰ ਮਾਰਨ ਲੱਗੇ ਹੁਣ ਮੈਂ ਛੱਡਣਾ ਨਹੀਂ। ਇਸ ਸ਼ਬਦ ਵਿੱਚ ਹਜ਼ੂਰ ਮਹਾਰਾਜ ਭਗਤ ਨਾਮਦੇਵ ਜੀ ਸ਼੍ਰੋਮਣੀ ਭਗਤ ਉਹ ਕਹਿੰਦੇ ਨੇ ਗੰਗ ਜਮਨ ਜੋ ਉਲਟੀ ਵਹਿ ਤੋ ਨਾਮਾ ਹਰ ਕਹਿਤਾ ਹੈ। ਗੰਗਾ ਜਮਨਾ ਉਲਟੀ ਵਗ ਜੇ, ਸਿੱਧੀਆਂ ਵਗਦੀਆਂ ਨੇ ਇੱਧਰ ਉੱਧਰ ਜਾਂਦੀਆਂ, ਭਾਵੇਂ ਤਾਂ ਨੂੰ ਚੜ੍ਹਨ ਲੱਗਣ ਅਸਮਾਨ ਨੂੰ ਜਾਂ ਪੁੱਟੀਆਂ ਹੋ ਜਾਣ, ਇਹ ਹੋ ਸਕਦੀਆਂ, ਪਰ ਨਾਮਦੇਵ ਵਾਹਿਗੁਰੂ ਦਾ ਨਾਮ ਨਹੀਂ ਛੱਡੂ। ਕਿਉਂ ਜਦੋਂ ਅਸਲੀਅਤ ਪਤਾ ਲੱਗ ਗਈ ਕੀ ਹੋ ਗਏ ਸ਼ਰਤ ਹੈ, ਪਰ ਕਿੱਥੇ ਸੱਚ ਤੇ ਪਖੰਡ ਤੇ ਨਹੀਂ। ਤੇ ਜਦੋਂ ਸਾਧ ਸੰਗਤ ਜੀ ਸੱਚ ਉੱਤੇ ਵੀ ਤਰਕ ਹੋ ਗਈ ਨਾ ਰੱਬ ਉੱਤੇ ਵੀ, ਫਿਰ ਮੈਂ ਤੁਹਾਨੂੰ ਦੱਸਾਂ ਉਹ ਬੁਰਾ ਹਾਲ ਆਪਣਾ ਹੋਊਗਾ। ਜਿਵੇਂ ਕਿਸੇ ਨੂੰ ਕਿਸੇ ਨਾਲ ਪਿਆਰ ਸੀ, ਹੁਣ ਤਰਕ ਹੋ ਗਈ ਵੀ ਜਿੰਨਾ ਮੈਂ ਪਿਆਰ ਕਰਦਾ ਵਾਂ ਜਾਂ ਜਿਹਦੇ ਨਾਲ ਮੈਂ ਪਿਆਰ ਕਰਦੀ ਹਾਂ ਉਹ ਸਰੀਰ ਵਿੱਚ ਕੌਣ ਆ,
ਅਰਕ ਹੋ ਗਈ। ਚਲੋ ਉਹਦੀ ਮੌਤ ਹੋਈ। ਇੱਕ ਤਰਕਵਾਦੀ ਨੇ ਆਖਿਆ ਆਪਾਂ ਵਿੱਚੋਂ ਲੱਭਣਾ ਵਾ ਵੀ ਪ੍ਰੇਮ ਕਿਹਦੇ ਨਾਲ ਹੁੰਦਾ। ਦੇਖੋ ਤਰਕ ਨੂੰ ਜੇ ਬਹੁਤਾ ਵਰਤੋਗੇ ਨਾ ਸੱਚ ਦੇ, ਆਹ ਹਾਲ ਤੁਸੀਂ ਧਰਮ ਦਾ ਕਰੋਗੇ ਜਿਹੜੀ ਮੈਂ ਗੱਲ ਕਰਨ ਲੱਗਾ। ਉਹਨੇ ਪਤਾ ਕੀ ਕੀਤਾ, ਚੀਰ ਫਾੜ ਕਰਕੇ ਵੱਢ ਕੇ ਟੁੱਕ ਕੇ ਜਿਹੜੀ ਪ੍ਰੇਮ ਕਰਦੀ ਸੀ ਉਹਦੇ ਅੱਗੇ ਲਿਆ ਕੇ ਰੱਖ ਦਿੱਤਾ ਵੀ ਜਿਹੜਾ ਤੈਨੂੰ ਸੋਹਣਾ ਲੱਗਦਾ ਸੀ ਉਹ ਇਹ ਆ, ਵਿੱਚੋਂ ਕੁਝ ਨਹੀਂ ਨਿਕਲਿਆ ਉਹ ਇਹ ਤਰਕੋ। ਤਰਕਵਾਦੀਆਂ ਦੇ ਢਹੇ ਚੜ ਗਈ ਉਹ ਵੀ। ਉਹ ਕਹਿਣ ਲੱਗੀ ਨਹੀਂ ਇਹ ਤਾਂ ਫਿਰ ਉਹ ਨਹੀਂ ਹੈ ਜਿਹੜਾ ਅਖੰਡ ਸਰੀਰ ਵਿੱਚ ਸੋਭਦਾ ਸੀ। ਉਹ ਗੱਲ ਥੋੜੀ ਬਣਦੀ, ਇੱਕ ਕਜਾ ਚਿਹਰਾ ਫੱਬਦਾ, ਇੱਕ ਅੱਖਾਂ ਕੱਢ ਕੇ ਹੱਥ ਤੇ ਰੱਖ ਕੇ, ਉਹ ਕੀ ਗੱਲ ਬਣ ਜਿਹੜੀ ਜੜਤ ਰੱਬ ਨੇ ਜਿਹੜੀ। ਉਹ ਕਹਿਣ ਲੱਗਾ ਨਹੀਂ ਇਹ ਤੋਲ ਚ ਪੂਰਾ ਵਾ। ਉਹਨੇ ਦਲੀਲ ਦਿੱਤੀ, ਤੂੰ ਵਜਨ ਤੋਲ ਕੇ ਦੇਖ ਲਾ ਓਨਾ ਹੀ ਆ ਜਿੰਨਾ ਜਿਉਂਦੇ ਦਾ ਸੀ, ਜਿੰਨਾ ਹੁਣ ਵੱਡੇ ਦਾ। ਇਹ ਮਾਪ ਚ ਵੀ ਪੂਰਾ ਵਾ, ਇਹਦੇ ਹੱਡੀਆਂ ਦੇ ਵਿੱਚ ਓਨਾ ਹੀ ਕੈਲਸ਼ੀਅਮ ਆ, ਸਰੀਰ ਵਿੱਚ ਓਨਾ ਹੀ ਫੋਸਫੋਰਸ ਆ, ਤੂੰ ਚੈੱਕ ਕਰ ਲਾ ਲੈਬ ਦੇ ਵਿੱਚ ਜਾ ਕੇ। ਉਹ ਕਹਿਣ ਲੱਗੇ ਨਹੀਂ, ਜਿਹੜਾ ਰਸ ਜਿੰਨਾ ਮੈਂ ਪਿਆਰ ਕੀਤਾ, ਜਿਹੜੀ ਅਖੰਡਤਾ ਵਿੱਚ ਰਸ ਸੀ ਨਾ, ਉਹ ਰਸ ਹੁਣ ਇਸ ਲਾਸ਼ ਚ ਤੇ ਕਥਾ ਵਾਰਤਾ ਗਿਆ। ਜੇ ਏਦਾਂ ਤੁਸੀਂ ਤਰਕ ਵਰਤਣ ਲੱਗੇ ਨਾ ਤੇ ਧਰਮ ਦੀਆਂ ਏਦਾਂ ਤੁਸੀਂ ਧੱਜੀਆਂ ਉਡਾਉਣੀਆਂ ਨੇ ਫਿਰ, ਤਾਂ ਜਿੱਥੇ ਸੱਚ ਆ ਉੱਥੇ ਤਰਕ ਕਰਨ ਦੀ ਕੋਈ ਲੋੜ ਨਹੀਂ, ਤੇ ਜਿੱਥੇ ਪਖੰਡ ਆ ਝੂਠ ਆ ਉੱਥੇ ਤਰਕ ਕਰੋ। ਮਹਾਰਾਜ ਨੇ ਕੀਤਾ, ਗੁਰੂ ਸਾਹਿਬ ਨੇ ਕੀਤਾ, ਵਾਹਿਗੁਰੂ ਸੱਚੇ ਪਾਤਸ਼ਾਹ ਦੇ ਸਰੂਪ ਨੇ ਕੀਤਾ। ਇੱਕ ਕਥਾ ਕਹਿ ਕੇ ਸਮਾਪਤੀ ਕਰਾਂ, ਤਰਕ ਦੀ ਕਿੱਥੇ ਲੋੜ ਆ। ਜਿਵੇਂ ਕਿਸੇ ਧੋਬੀ ਦੀ ਘਰ ਦੇ ਵਿੱਚ ਮੌਤ ਹੋ ਗਈ, ਮੌਤ ਵੀ ਕਿਹਦੀ ਹੋਈ, ਖੋਤੇ ਦੀ। ਉਹ ਖੋਤਾ ਵੀ ਪਤਾ ਨਹੀਂ ਕਿਹੜੀ ਬਲਾ ਸੀ, ਜਦੋਂ ਮੰਦਰ ਚ ਸੰਖ ਵੱਜਣਾ ਉਹਨੇ ਵੀ ਰੌਲਾ ਪਾਉਣਾ। ਹੁਣ ਉਹ ਧੋਬੀ ਰਹਿੰਦਾ ਸੀ ਬਨਾਰਸ ਦੇ ਵਿੱਚ, ਤੇ ਬਨਾਰਸ ਕਾਂਸ਼ੀ ਕੇ ਕੰਕਰ ਵੀ ਸ਼ੰਕਰ, ਜਿਹੜਾ ਪੜ੍ਹੇ ਲਿਖਿਆਂ ਚ ਰਵੇ ਉਹਨਾਂ ਦੇ ਨੌਕਰ ਵੀ ਵਿਦਵਾਨ ਹੀ ਹੁੰਦੇ ਕਿਸਾਬ। ਉੱਥੇ ਰਹਿੰਦਾ ਸੀ ਤੇ ਉਹਨੇ ਆਖਿਆ ਵੀ ਇਹਦਾ ਪਿਛਲੇ ਜਨਮ ਦਾ ਸੰਬੰਧ ਆ ਕੋਈ ਮੰਦਰ ਨਾਲ, ਵੀ ਜਦੋਂ ਮੰਦਰ ਚ ਸੰਖ ਵੱਜਦਾ ਉਦੋਂ ਹੀ ਇਹ ਆਪਣੀ ਸੁਰੀਲੀ ਆਵਾਜ਼ ਕੱਢਣ ਲੱਗ ਪੈਂਦਾ, ਬੇਸੁਰਾ ਰਾਗ ਲਾਉਂਦਾ। ਉਹਨੇ ਫਿਰ ਉਹਦਾ ਨਾਂ ਪਤਾ ਕੀ ਰੱਖਦਾ, ਸਾਨੂੰ ਤੇ ਨਾਂ ਹੀ ਨਹੀਂ ਰੱਖਣੇ ਆਉਂਦੇ। ਉਹਨੇ ਨਾਂ ਰੱਖ ਦਿੱਤਾ, ਉਹਦਾ ਸੰਖ ਵੱਜਦਾ ਸੀ, ਉਹਨੇ ਨਾਂ ਰੱਖ ਦਿੱਤਾ ਸੰਖਾਚਾਰੀਆ। ਜਦੋਂ ਸੰਖ ਵੱਜਦਾ ਸੀ ਉਹ ਵੀ ਰੌਲਾ ਪਾਉਂਦਾ। ਚਲੋ ਉਹਦੀ ਮੌਤ ਹੋ ਗਈ, ਉਹਨੂੰ ਧੋਬੀ ਨੂੰ ਯਕੀਨ ਹੋ ਗਿਆ ਵੀ ਇਹ ਪਿਛਲੇ ਜਨਮ ਦਾ ਧਰਮੀ ਬੰਦਾ, ਕਿਸੇ ਗਲਤੀ ਕਰਕੇ ਖੋਤਾ, ਉਹ ਖਾਧਾ ਪੀਤਾ ਹੋਊਗਾ ਗੁਰੂ ਘਰ ਦਾ, ਕੋਈ ਗਲਤ ਕੰਮ ਕੀਤਾ ਹੋਊਗਾ। ਉਹਨੇ ਜਾ ਕੇ ਪੰਡਿਤ ਨੂੰ ਪੁੱਛਿਆ ਵੀ ਜੇ ਕੋਈ ਮਹਾਤਮਾ ਚੜ੍ਹਾਈ ਕਰੇ, ਉਹਨੇ ਨਾ ਹੀ ਰੱਖਤਾ ਮਹਾਤਮਾ ਸੰਖਾ ਸੁਰ ਜਾਂ ਸੰਖਾਚਾਰ।
ਜੇ ਚੜ੍ਹਾਈ ਕਰੇ ਫਿਰ ਕੀ ਕਰਨਾ ਚਾਹੀਦਾ? ਧਿਆਨ ਨਾਲ ਸੁਣੋ, ਮੈਂ ਸਮਾਪਤੀ ਕਰਨੀ। ਵੀ ਜੇ ਕੋਈ ਮਹਾਤਮਾ ਚੜ੍ਹਾਈ ਕਰੇ ਕੀ ਕਰਨਾ ਚਾਹੀਦਾ? ਬ੍ਰਾਹਮਣ ਨੇ ਆਖਿਆ, ਰੱਬ ਦਾ ਨਾਂ ਲੈਣ ਵਾਲਾ ਚੜ੍ਹਾਈ ਕਰੇ ਤੇ ਵੱਧ ਤੋਂ ਵੱਧ ਕਰ ਓੜਾਉਣਾ ਵਾ। ਆਮ ਬੰਦੇ ਦਾ ਕੀ, ਜਿਉਂਦੇ ਵੀ ਉਹੋ ਜੇ ਤੇ ਮਰੇ ਵੀ ਉਹੋ ਜੇ, ਕਿਹੜਾ ਨਾਮ ਜਪਿਆ? ਕਰ ਭਾਵੇਂ ਨਾ ਕਰ, ਆਮ ਬੰਦੇ ਦਾ ਕੋਈ ਫਰਕ। ਮਹਾਤਮਾ ਦਾ ਕਰੇਗਾ ਤੇ ਮੋੜ ਆਊਗਾ ਓਨਾ ਹੀ ਤੈਨੂੰ ਕਰ ਤਗੜਾ ਹੋ ਗਿਆ। ਹੁਣ ਉਹਨੂੰ ਨਹੀਂ ਪਤਾ ਵੀ ਇਹ ਮਹਾਤਮਾ ਕਿਹਨੂੰ ਬਣਾਈ ਬੈਠਾ। ਚਲੋ ਜੀ, ਉਹਨੇ ਕੀਤਾ। ਹੁਣ ਇੱਕ ਨਾ ਉਹਨਾਂ ਦਾ ਰਿਵਾਜ ਸੀ ਜਿਹਨੂੰ ਮਹਾਰਾਜ ਨੇ ਬੰਦ ਕੀਤਾ। ਜਦੋਂ ਪਿਓ ਦੀ ਮੌਤ ਹੋਏ ਤਾਂ ਉਹ ਕੀ ਕਰਦੇ ਸੀ, ਉਹ ਸਿਰ ਦਾ ਮੁੰਡਨ ਕਰਦੇ ਸੀ। ਮੁੰਡਨ ਕਹਿੰਦੇ ਸਿਰ ਨੂੰ ਰਗੜ ਕੇ ਮੁੰਡਣਾ। ਇਹਨੂੰ ਬਾਣੀ ਨੇ ਮਨਾ ਕੀਤਾ ਵੀ ਨਾ ਕਰ, ਜੋ ਵੀ ਗਲਤੀ ਕੀਤੀ ਤੇਰੇ ਮਨ ਨੇ ਕੀਤੀ, ਸਿਰ ਦਾ ਕੀ ਕਸੂਰ ਜਿਹਨੂੰ ਰਗੜ ਕੇ ਮੁੰਡੀ ਜਾਂਦਾ। ਬਾਣੀ ਕਹਿੰਦੀ, ਜੋ ਕਿਛ ਕੀਆ ਸੋ ਮਨ ਕੀਆ, ਮੁੰਡਾ ਮੂੰਡ ਅਜਾਇਆ। ਕਬੀਰ ਸਾਹਿਬ ਦਾ ਪਵਿੱਤਰ ਬਚਨ ਹੈ। ਜਿਸ ਬਾਣੀਏ ਦੀ ਦੁਕਾਨ ਤੋਂ ਸੌਦਾ ਲਿਆ ਸੀ, ਆ ਧਿਆਨ ਨਾਲ ਸੁਣਿਓ, ਸਮਾਪਤੀ ਹੈ। ਜਿਸ ਬਾਣੀਏ ਦੀ ਦੁਕਾਨ ਤੋਂ ਸੌਦਾ ਲਿਆ ਸੀ, ਉਹਨੇ ਧੋਬੀ ਨੂੰ ਆਖਿਆ, ਤੂੰ ਤੇ ਚੰਗਾ ਭਲਾ, ਤੇਰੇ ਟੱਬਰ ਚ ਵੀ ਸੁੱਖ ਸ਼ਾਨ ਸੀ, ਤੇ ਆ ਸਿਰ ਦਾ ਕੀ ਹਾਲ ਕੀਤਾ ਵਾ? ਮੈਂ ਉਹ ਲੱਛਣ ਸੀ ਨਾ ਵੀ ਕੋਈ ਕਿਸੇ ਦੀ ਮੌਤ ਹੋ ਗਈ, ਚੜ੍ਹਾਈ ਕਰ ਗਿਆ ਨਿਸ਼ਾਨੀ। ਉਹ ਕਹਿੰਦਾ, ਮਹਾਤਮਾ ਚੜ੍ਹਾਈ ਕਰ ਗਿਆ। ਕਹਿੰਦਾ, ਤੇਰਾ ਭਲਾ ਹੋ ਜੇ। ਕਿਹੜੇ ਮਹਾਤਮਾ, ਸਾਨੂੰ ਤੇ ਪਤਾ ਹੀ ਨਹੀਂ ਲੱਗਾ। ਕਹਿੰਦਾ, ਬੜੇ ਕਰਨੇ ਵਾਲੇ ਸੀ, ਬੜੀ ਕਮਾਈ ਵਾਲੇ ਸੀ। ਬਾਣੀਏ ਨੇ ਪੁੱਛਿਆ, ਦੱਸਿਆ ਕੱਖ ਬਣਾ ਵੀ ਧੋਬੀ ਕਿਤੇ ਪੈਸੇ ਨਾ ਮਾਰਦੇ ਸੌਦੇ ਦੇ, ਉਹਨੇ ਵੀ ਚੁੱਕੇ ਸਿਰ ਅੱਗੇ ਨਾ ਹੀ ਰੱਖਦਾ, ਮਹਾਤਮਾ ਸਭ ਦੇ ਸਾਂਝੇ ਹੁੰਦੇ। ਉਹਨੇ ਵੀ ਸਿਰ ਮੁੰਨ ਲਿਆ ਰਗੜ ਕੇ। ਉੱਥੇ ਕਿਤੇ ਦੁਕਾਨ ਤੇ, ਬਾਣੀਏ ਦੀ ਦੁਕਾਨ ਤੇ ਫੌਜ ਦੇ ਬੰਦੇ ਆ ਗਏ, ਬਾਦਸ਼ਾਹ ਦੀ ਫੌਜ ਸੀ। ਉਹਨਾਂ ਧੋਬੀ ਦਾ ਮੂੰਹ ਵੇਖ ਕੇ ਉਜੜਿਆ ਜਾ, ਤੇ ਇਹਦਾ ਵੇਖ ਕੇ ਵੀ ਕੀ ਗੱਲ ਹੋ ਗਈ। ਉਹ ਕਹਿਣ ਲੱਗੇ, ਤੁਹਾਨੂੰ ਨੀ ਪਤਾ ਵੀ ਮਹਾਤਮਾ ਚੜ੍ਹਾਈ ਕਰ ਗਏ? ਉਹਨਾਂ ਨਾ ਪੁੱਛਿਆ ਨਾ ਦੱਸਿਆ, ਮਾਫ ਕਰਿਓ, ਜਿੱਦਾਂ ਕਹਾਣੀ ਚ ਲਿਖਿਆ, ਇਹ ਕਹਾਣੀ ਆ, ਇਹ ਸਾਕੀ ਨੀ, ਇਹ ਕਹਾਣੀ। ਉਹਨਾਂ ਫਿਰ ਸਾਰੀ ਪਲਟਨ ਹੀ ਸਾਫ਼ ਹੋ ਗਈ, ਐ ਗਰਾਉਂਡਾਂ ਪੱਧਰੀਆਂ ਕਰਤੀਆਂ, ਜਿੱਦਾਂ ਦਵਾਈ ਪਾ ਕੇ ਨਹੀਂ ਆਪਾਂ ਘਾ ਮਾਰਦੇ ਹੁੰਦੇ, ਐ ਸਿਰ ਦੀਆਂ ਗਰਾਉਂਡਾਂ ਐ ਸਾਫ਼ ਕਰਦੀਆਂ, ਕਲੀਅਰ ਕਰਦੀਆਂ। ਪਰ ਚੰਦਰਮਾ ਤੇ ਇੱਕ ਹੀ ਸੀ, ਇੱਥੇ ਕਈ ਚੜ੍ਹ ਗਏ। ਹੁਣ ਫੌਜ ਤੋਂ ਅਫਸਰ ਨੂੰ ਪਤਾ ਲੱਗਾ, ਉਹ ਕਹਿੰਦਾ, ਕੀ ਹੋ ਗਿਆ? ਹੁਣ ਦੇਖੋ ਕਿੰਨੇ ਮੂੰਹ ਗੱਲ ਚੱਲ ਗਈ। ਅਫਸਰ ਸਾਹਿਬ ਵੀ ਫੌਜ ਦੇ ਨਾਲ ਹੀ ਤੁਰਨਾ ਪੈਣਾ ਸੀ, ਉਹ ਵੀ ਕਰਕੇ। ਹੁਣ ਵਜ਼ੀਰ ਨੂੰ ਪਤਾ ਲੱਗਾ, ਤੇ ਵਜ਼ੀਰ ਨੇ ਵੀ ਆਪਦਾ ਸਤਿਆਨਾਸ਼ ਕਰ ਲਿਆ ਕਿ ਹੁਣ ਬੰਦਿਆਂ ਨਾਲ ਤੁਰਨਾ ਹੀ ਪੈਂਦਾ, ਕੀ ਕਰੇ ਮੁੰਡਾ। ਅੱਜ ਕੱਲ੍ਹ ਜਿੰਨੇ ਵੀ ਪਖੰਡ ਦੇ ਡੇਰੇ ਚੱਲਦੇ ਪਏ ਨਾ, ਪਖੰਡ ਦੇ, ਇਹ ਬਹੁਮਤ ਦੇ ਜ਼ੋਰ ਤੇ ਚੱਲਦੇ ਆ ਵੀ ਇੰਨੇ ਬੰਦੇ ਇਸ ਬੰਦੇ ਨੂੰ ਸੁਣਦੇ ਪਏ, ਸੱਚਾ ਹੀ ਹੋਊਗਾ ਭਾਵੇਂ ਉਹ ਝੂਠਾ ਹੀ ਹੋਵੇ, ਪਖੰਡੀ ਹੋਵੇ, ਆਪ ਮੇਰੀ ਗੱਲ ਸਮਝਣ ਦਾ ਯਤਨ ਕਰੇ। ਵੀ ਉੱਥੇ ਗਿਣਤੀ ਦੇਖੀ ਜਾਂਦੀ ਆ ਵੀ ਕਿੰਨੇ ਬੈਠੇ, ਪਖੰਡ ਦੇ ਜ਼ੋਰ ਤੇ ਹੀ ਦੂਜਾ ਬੰਦਾ ਇੰਨਾ ਪ੍ਰਭਾਵਿਤ ਹੋ ਜਾਂਦਾ,
ਹੱਥ ਜੋੜ ਲੈਂਦਾ ਵੀ ਇਹੀ ਆ ਸਭ ਕੁਝ। ਬਾਦਸ਼ਾਹ ਨੂੰ ਪਤਾ ਲੱਗਾ, ਕਹਿੰਦਾ ਵਜ਼ੀਰ ਸਾਹਿਬ ਸੌਖਾ। ਉਹਨੇ ਆਖਿਆ ਚਲ ਅਫਸੋਸ ਕਰਦੀ ਹੈ, ਪਤਾ ਨਹੀਂ ਲੱਗਾ ਵੀ ਇਹਦਾ ਪਿਓ ਮਰ ਗਿਆ। ਹੁਣ ਤੁਸੀਂ ਗੁੱਸਾ ਤਾਂ ਨਹੀਂ ਕਰਦੇ, ਜਿਹਦਾ ਪਿਓ ਮਰੇ ਉਹਦੇ ਸਿਰ ਨੂੰ ਪਾਉਂਦਾ ਸੀ ਤੇ ਤੁਸੀਂ ਕਿਹੜੀ ਖੁਸ਼ੀ 'ਚ ਮੁੰਡੀ ਜਾਂਦੇ। ਉਹਨੇ ਅਫਸੋਸ ਕੀਤਾ ਵੀ ਵਜ਼ੀਰ ਸਾਹਿਬ ਕੀ ਗੱਲ ਹੋ ਗਈ। ਕਹਿੰਦਾ ਮਹਾਰਾਜ ਇੱਦਾਂ ਦੀ ਗੱਲ ਨਹੀਂ ਜਿੱਦਾਂ ਦੀ ਤੁਸੀਂ ਸਮਝਦੇ, ਮਹਾਤਮਾ ਚੜ੍ਹਾਈ ਤੇ ਸਭ ਦੇ ਸਾਂਝੇ ਹੁੰਦੇ, ਮਾਈ ਬਾਪ ਹੁੰਦੇ, ਮਾਫ ਕਰਿਓ। ਬਾਦਸ਼ਾਹ ਵੀ ਸੱਚ ਨਾਲ ਲੱਭ ਸਕਿਆ, ਉਹਦਾ ਵੀ ਸਿਰ ਸਾਫ ਹੋ ਗਿਆ। ਗੱਲ ਚਲੇ ਗਈ ਰਾਣੀਆਂ ਤੋਂ, ਉਹਨਾਂ ਦੇ ਸੁੱਖ ਮਨਾਇਆ ਵੀ ਸ਼ਾਇਦ ਰਾਣੀ ਗਲੋਂ ਲੈ ਗਈ ਸੱਸ ਸਾਡੀ, ਇਹ ਗਲੋਂ ਲੈ ਗਈ ਹੋਣੀ ਆ। ਝੂਠਾ ਜਿਹਾ ਮੂੰਹ ਬਣਾ ਕੇ ਕਹਿੰਦੀਆਂ ਕੀ ਗੱਲ ਹੋਈ। ਬਾਦਸ਼ਾਹ ਕਹਿੰਦਾ ਨਹੀਂ ਏਦਾਂ ਦੀ ਗੱਲ ਨਹੀਂ, ਸਭ ਸੁੱਖ ਆ ਮਹਾਤਮਾ ਚੜ੍ਹਾਈ। ਉਹਨਾਂ ਆਖਿਆ ਵੀ ਕਾਹਦੀ ਸੁੱਖ ਅਸੀਂ ਤੇ ਆਖਿਆ ਸ਼ਾਇਦ ਗਲੋਂ ਲੈ ਗਈ ਹੋਣੀ, ਇਹਦੀ ਮਾਂ ਮਰ ਗਈ ਹੋਣੀ। ਕਹਿੰਦੀਆਂ ਜੇ ਮਹਾਤਮਾ ਚੜ੍ਹਾਈ ਕਰ ਗਿਆ ਤੇ ਫਿਰ ਜਿੱਥੇ ਉਹਨਾਂ ਦਾ ਸਰੀਰ ਦੱਬਿਆ ਜਾਂ ਸੰਸਕਾਰ ਹੋਇਆ ਵਾ, ਕਿੱਡੀ ਪਵਿੱਤਰ ਜਗ੍ਹਾ ਹੋਊਗੀ, ਸਾਨੂੰ ਉਹਦੇ ਦਰਸ਼ਨ ਤੇ ਕਰਾ। ਬਾਦਸ਼ਾਹ ਕਹਿੰਦਾ ਉਹਦਾ ਤੇ ਮੈਨੂੰ ਪਤਾ ਹੀ ਨਹੀਂ। ਉਹਨੇ ਵਜ਼ੀਰ ਖਿੱਚ ਲਿਆ ਕਿ ਤੂੰ ਸਿਰ ਮੁੰਨੀ ਫਿਰਦਾ ਵਾ, ਜਿੱਥੇ ਮਹਾਤਮਾ ਚੜ੍ਹਾਈ ਕੀਤੀ ਹੈ ਕਿਹੜੀ ਥਾਂ। ਉਹ ਕਹਿੰਦਾ ਮਹਾਰਾਜ ਗਲਤੀ ਮਾਫ਼ ਕਰੋ, ਮਾਈ ਬਾਬੂ ਤੇ ਮੈਨੂੰ ਵੀ ਨਹੀਂ ਪਤਾ। ਹਾਂਜੀ, ਉਹਨੇ ਸੈਨਾਪਤੀ ਖਿੱਚ ਮਾਰਿਆ, ਉਹਨਾਂ ਫੌਜੀ ਕੱਢ ਲਏ, ਫੌਜੀਆਂ ਨੇ ਜਾ ਕੇ ਬਾਣੀਆਂ ਚੁੱਕ ਲਿਆਂਦਾ ਦੁਕਾਨਾਂ ਤੱਕ ਵੀ ਆ ਜਾ ਬਈ। ਬਾਣੀਆਂ ਕਹਿੰਦਾ ਯਾਰ ਪਤਾ ਤੇ ਮੈਨੂੰ ਵੀ ਨਹੀਂ, ਧੋਬੀ ਕਹਿੰਦਾ ਸੀ ਮਹਾਤਮਾ ਚੜ੍ਹਾਈ, ਪਤਾ ਕਿਸੇ ਨੂੰ ਨਹੀਂ। ਇੱਥੇ ਤਰਕ ਕਰ ਸਕਣਾ ਜੇ ਕਰਨਾ, ਤਰਕ ਕਿੱਥੇ ਕਰ, ਇੱਥੇ। ਧੋਬੀ ਆਇਆ, ਹਰਫ ਲਿਆ, ਗਰੀਬ ਬੰਦਾ, ਕਹਿੰਦਾ ਕੀ ਗਲਤੀ ਹੋ ਗਈ। ਕਹਿੰਦੇ ਨਹੀਂ ਗਲਤੀ ਨਹੀਂ ਹੋ ਗਈ, ਰਾਣੀਆਂ ਕਹਿੰਦੀਆਂ ਬਾਦਸ਼ਾਹ ਕਹਿੰਦਾ ਹੈ ਅਸੀਂ ਉੱਥੇ ਮੱਥਾ ਟੇਕਣਾ ਉਸ ਜਗ੍ਹਾ ਤੇ ਜਿੱਥੇ ਮਹਾਤਮਾ ਚੜ੍ਹਾਈ ਕੀਤੀ। ਉਹ ਕਹਿੰਦਾ ਜੀ ਸਦਕੇ ਟੇਕੋ, ਵਾਕਈ ਮਹਾਤਮਾ ਸੀ, ਬੜੀ ਕਮਾਈ ਆ। ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਵੀ ਉਹ ਮੇਰਾ ਖੋਤਾ ਸੀ ਤੇ ਉਹ ਆਪਾਂ ਦੱਬਿਆ ਵਾ ਤੇ ਮੈਂ ਗਰੀਬ ਹਾਂ, ਤੁਸੀਂ ਪੈਸੇ ਦੇ ਦਿਓ, ਆਪਾਂ ਬਾਜ਼ਾਰ ਬਣਾਵਾਂਗੇ, ਮੇਲੇ ਲਾਇਆ ਕਰਾਂਗੇ, ਗਾਉਣ ਵਾਲੀ ਆਇਆ ਕਰੋ, ਗਾਉਣ ਵਾਲੇ ਖਾੜੇ ਲੱਗਿਆ ਕਰਨਗੇ, ਏਦਾਂ ਹੀ ਬਣਾ ਦਿੰਦੇ ਨਾ। ਕੋਈ ਮਰਿਆ ਹੋਵੇ ਤੇ ਬਣ ਜਾਂਦਾ ਖੋਤੇ ਸ਼ਾਹ, ਬਣਦੇ ਕਿ ਨਹੀਂ ਸ਼ਾਹ। ਅੱਜ ਕੱਲ੍ਹ ਪੰਜਾਬ 'ਚ ਜਲੰਧਰ ਵੀ ਹੈਗਾ, ਬੜੇ ਬੜੇ ਮੁਰਾਦ ਸ਼ਾਹ ਬਣੇ ਬੈਠੇ ਉੱਥੇ। ਜੇ ਤਰਕ ਕਰਨਾ ਤੇ ਇੱਥੇ ਕਰ, ਰੱਬ ਤੇ ਤਰਕ ਨਾ ਕਰ। ਕਿਉਂ, ਰੱਬ ਕੀ ਆ? ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕੋ ਸੀ। ਹੁਣ ਦੇਖੋ, ਜਿੱਥੇ ਪ੍ਰੇਮ ਹੁੰਦਾ ਉੱਥੇ ਭਾਵਨਾ ਹੁੰਦੀ। ਜਿਵੇਂ ਇੱਕ ਮਾਂ ਕਹਿੰਦੀ ਆ ਕਿ ਮੇਰਾ ਪੁੱਤ ਚੰਨ ਵਰਗਾ ਸੋਹਣਾ। ਜੇ ਤਰਕ ਆ ਗਿਆ ਨਾ, ਵਿਗਿਆਨੀ ਆ ਗਿਆ, ਉਹਨੇ ਕਹਿਣਾ ਤੇਰਾ ਦਿਮਾਗ ਖਰਾਬ ਹੋਇਆ, ਇਲਾਜ ਕਰਾ। ਕਿੱਥੇ ਚੰਨ ਤੇ ਕਿੱਥੇ ਤੇਰਾ ਪੁੱਤ? ਕਿੰਨਾ ਫਰਕ ਆ? 384,400 ਕਿਲੋਮੀਟਰ ਦੂਰ ਤਰਕ ਤੇ ਆ। ਤੇ ਜਿੱਥੇ ਭਾਵਨਾ ਆ ਗਈ ਉੱਥੇ ਮੇਰਾ ਪੁੱਤ ਚੰਨ ਵਰਗਾ ਸੋਹਣਾ। ਹੁਣ ਜਿੱਥੇ ਭਾਵਨਾ ਆ ਗਈ
ਹੁਣ ਇੱਕ ਬੰਦਾ ਕਹਿੰਦਾ ਆਪਣੇ ਬੱਚੇ ਦੀ ਅਰਦਾਸ ਕਰਦਾ, ਉਹਨੂੰ ਅਸੀਸ ਦਿੰਦਾ, ਤੂੰ ਤਾਰਿਆਂ ਤੋਂ ਵੀ ਉੱਚਾ ਜਾ ਜ਼ਿੰਦਗੀ 'ਚ। ਜੇ ਉੱਥੇ ਵਿਗਿਆਨੀ ਖਲੋਤਾ ਹੋਇਆ ਰੌਲਾ ਪੈ ਜਾਣਾ ਜੇ ਬਚ ਕੇ ਕਰੇ, ਉਹਨੇ ਕਹਿਣਾ ਕਿੱਥੇ ਤਾਰੇ ਅਤੇ ਕਿੱਥੇ ਤੂੰ, ਕਿਹੋ ਜਿਹੇ ਝੂਠ ਮਾਰਦੇ ਹੋ ਵੀ ਚਿੱਟੇ ਦਿਨ ਚੱਜ ਅਤੇ ਸੂਰਜ ਵੀ ਚੜਿਆ ਫਿਰ ਵੀ ਝੂਠ। ਪਰ ਜਿੱਥੇ ਭਾਵਨਾ ਵਾ, ਹੁਣ ਜਿੱਥੇ ਭਾਵਨਾ ਆ ਜਾਂਦੀ ਉੱਥੇ ਤੁਸੀਂ ਦੇਖੋਗੇ। ਰਾਗੀ ਜੀ ਨੇ ਕਿਹੜਾ ਸ਼ਬਦ ਪੜ੍ਹਿਆ ਸੀ, ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ, ਕੋਕਨ ਕੋਕਲਾ ਤਰਲ ਜਵਾਣੀ। ਹੇ ਮੇਰੇ ਪਰਮਾਤਮਾ, ਹੇ ਮੇਰੇ ਰੱਬ ਜੀ ਵਾਹਿਗੁਰੂ ਜੀ, ਤੇਰੀ ਤੇ ਕੋਇਲ ਵਰਗੀ ਆਵਾਜ਼ ਸੋਹਣੀ ਆ। ਹੁਣ ਇੱਥੇ ਜੇ ਤਰਕ ਆ ਗਿਆ ਤੇ ਕੀ ਕਰੋਗੇ, ਕਿੱਥੇ ਬੰਦਾ ਤੇ ਕਿੱਥੇ ਕੋਇਲ ਹੈ। ਇੱਥੇ ਭਾਵਨਾ ਚੱਲਦੀ ਪਈ ਆ, ਭਾਵਨਾ ਜੀ ਤਰਲ ਜਵਾਣੀ, ਤਰਲਾ ਜਵਾਣੀ ਆਪ ਭਾਣੀ, ਇੱਛ ਮਨ ਕੀ ਪੂਰੀਏ ਸਾਰੰਗ ਜਿਉਂ ਪੱਗ ਧਰੈ ਠਿਮ ਠਿਮ, ਆਪ ਆਪ ਸਧੂਰੇ। ਜਿਵੇਂ ਹਾਥੀ ਮਸਤ ਹੋ ਕੇ ਤੁਰਦਾ ਨਾ ਕਿਸੇ ਕੁੱਤੇ ਬਿੱਲੇ ਦੀ ਪਰਵਾਹ ਨਹੀਂ, ਭੌਂਕੀ ਜਾ ਤੂੰ ਐਸਾ ਬੇਪਰਵਾਹ ਹੈ, ਭਾਵੇਂ ਲੋਕਾਂ ਤੇਰੇ ਰੋੜੇ ਵੀ ਮਾਰੇ, ਗੁਰੂ ਨਾਨਕ ਦੇਵ ਸਾਹਿਬ ਨੂੰ ਕਰਾਈ ਆ ਗਿਆ ਬੜਾ ਕੁਝ, ਪਰ ਰੱਬ ਦਾ ਪਿਆਰਾ ਬੜਾ ਬੇਪਰਵਾਹ ਹੁੰਦਾ। ਹੁਣ ਜੇ ਇੱਥੇ ਤਰਕ ਆ ਗਿਆ ਤੇ ਉਹਨੇ ਕਹਿਣਾ ਬੰਦਾ ਵਾ ਹਾਥੀ ਕਿੱਥੋਂ ਲਈ ਆਉਣਾ ਵਿੱਚ, ਪਰ ਇਹ ਭਾਵਨਾ, ਭਾਵਨਾ ਦੇ ਵਿੱਚ ਇਹ ਗੱਲਾਂ ਜਿਹੜੀਆਂ ਨੇ ਹੁੰਦੀਆਂ ਨੇ। ਦਸਵੇਂ ਪਾਤਸ਼ਾਹ ਕਹਿੰਦੇ ਨਮੋ ਸੂਰਜ ਸੂਰਜ, ਨਮੋ ਚੰਦਰ ਚੰਦਰੇ, ਤੂੰ ਤੇ ਸੂਰਜਾਂ ਦਾ ਵੀ ਸੂਰਜ, ਤੂੰ ਤੇ ਚੰਦਰਮਾ ਦਾ ਵੀ ਸੋਹਣਾ ਚੰਦਰਮਾ ਹੈ, ਤੇਰੇ ਅੱਗੇ ਮੈਂ ਸਿਰ ਝੁਕਾਉਣਾ। ਇੱਥੇ ਆਣ ਕੇ ਸਾਧ ਸਿੰਘ ਜੀ ਭਾਵਨਾ ਜਿਹੜੀ ਉਹ ਦ੍ਰਿੜ ਹੋ ਜਾਂਦੀ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦਾ ਖਾਸ ਤੌਰ 'ਤੇ ਬਹੁਤ ਬਹੁਤ ਧੰਨਵਾਦ। ਗਰੀਬ ਨਵਾਜ਼ ਨਾ 200 200।